ਬਾਣੀ ਉਹਨਾਂ ਦੇ ਵਿੱਚ ਇੱਕ ਭੂਤ ਵੱਸਦੇ। ਹੁਣ ਜਦੋਂ ਆਪਾਂ ਧਿਆਨ ਦੇ ਨਾਲ ਵਿਵੇਕ ਬੁੱਧੀ ਦੇ ਨਾਲ ਗਿਆਨ ਨਾਲ ਗੁਰੂ ਦੀ ਕਸਵੱਟੀ ਤੇ ਲਾ ਕੇ ਤੋਲਾਂਗੇ ਸ਼ਬਦ ਨੂੰ ਤਾਂ ਪਤਾ ਲੱਗਦਾ ਵੀ ਕਬੀਰ ਜੀ ਕਹਿੰਦੇ ਨੇ ਜਿਹੇ ਘਰ ਸਾਧਨਾ, ਘਰ ਕਹਿੰਦੇ ਸਰੀਰ ਨੂੰ, ਇਸ ਸਰੀਰ ਰੂਪੀ ਘਰ ਦੇ ਵਿੱਚ ਜਿਹਨੇ ਸਾਧ ਚੰਗੇ ਗੁਣ ਨਹੀਂ ਸੇਵੇ, ਉਹਨਾਂ ਦੇ ਨਾਲ ਨਹੀਂ ਪਾਲਣਾ ਕੀਤੀ, ਚੰਗੇ ਗੁਣਾਂ ਤੇ ਨਹੀਂ ਚੱਲਿਆ, ਜਿਹੜਾ ਜੀਵ ਉੱਥੇ ਹਰੀ ਦੀ ਸੇਵਾ ਨਹੀਂ ਹੈ, ਉਹ ਘਰ ਕੀ ਹੋ ਗਿਆ ਵੇ? ਸ਼ਮਸ਼ਾਨ ਦੇ ਬਰਾਬਰ। ਤੇ ਘਰ ਮਰਹਟ ਸਾਰਖ ਹੈ, ਭੂਤ ਵਸੈ ਤਨਮਾਏ। ਉੱਥੇ ਭੂਤ, ਭੂਤਾਂ ਦਾ ਮਤਲਬ ਕੀ? ਜਮ, ਭੂਤ ਜਮ। ਹੁਣ ਭੂਤ ਕੀ ਹੋਏ? ਮਾੜੇ ਵਿਚਾਰ, ਮਾੜੇ ਖਿਆਲ, ਜਿਤਨੇ ਵੀ ਵਿਕਾਰ ਦੇ ਨੇ, ਨਿੰਦਿਆ ਚੁਗਲੀ ਜੋ ਕੁਛ ਵੀ ਹੈ, ਬਹੁਤ ਕੁਛ ਨੇ, ਉਹ ਸਾਰੇ ਕੁਛ ਹੋ ਗਏ। ਹੁਣ ਇਹੀ ਕਹਿੰਦੇ ਨਾ ਸਾਧ ਜਨਾਂ ਦੇ ਬਾਹਰੀ, ਜਿਹੜੇ ਚੰਗੇ ਗੁਣਾਂ ਤੋਂ ਬਾਹਰ ਨੇ, ਸੇ ਰਹਿਣ ਕੇਲਣੀਆਂ, ਉਹ ਕੱਲੇ ਰਹਿੰਦੇ ਨੇ, ਕਿਉਂਕਿ ਪਰਮੇਸ਼ਰ ਨਾਲ ਮਿਲਾਪ ਨਹੀਂ ਹੁੰਦਾ। ਪਰਮੇਸ਼ਰ ਨਾਲ ਮਿਲਾਪ ਕਿਵੇਂ ਹੋਣਾ ਸੀ? ਜੇ ਗੁਣ ਹੋਵੇ ਗੰਠੜੀਏ, ਜੇ ਗੁਣਾਂ ਦੇ ਵਿੱਚ ਗੁਣ ਹੁੰਦੇ ਆਪਣੇ ਕੋਲ ਚੰਗੇ, ਉਹਨਾਂ ਤੇ ਆਪਾਂ ਚੱਲਦੇ, ਉਹ ਬਿਠਾਲੇ ਹੁੰਦੇ ਆਪਾਂ ਹਿਰਦੇ ਦੇ ਵਿੱਚ, ਤੇ ਉਹਨਾਂ ਦੇ ਮੁਤਾਬਕ ਆਪਣਾ ਜੀਵਨ ਚੱਲ ਰਿਹਾ ਹੁੰਦਾ। ਤੈਨੂੰ ਦੁੱਖ ਨਾ ਕਬੂ ਉਤਰੇ ਸੇ ਜਮ ਕੇ ਵਸ ਪੜੀਆਂ, ਉਹਨਾਂ ਦਾ ਕਹਿੰਦੇ ਦੁੱਖ ਕਦੇ ਨਹੀਂ ਉਤਰ ਸਕਦਾ, ਜਮਾਂ ਦੇ ਵਸ ਉਹ ਪੈ ਗਿਆ, ਭਾਗ ਮਾੜੇ ਪਾਸੇ ਪੈ ਗਿਆ, ਗਲਤ ਪਾਸੇ ਪੈ ਗਿਆ। ਹੁਣ ਕਹਿੰਦੇ ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਵਿੱਚ ਖੜੀ ਆ, ਜਿਨ੍ਹਾਂ ਨੇ ਕਹਿੰਦੇ ਰਾਵਿਆ ਭਾਗ ਉਸ ਪਰਮੇਸ਼ਰ ਨੂੰ ਚਾਹਿਆ, ਪ੍ਰਭ ਆਪਣਾ ਸੇ ਦਿਸਣ ਨਿਤ ਖੜੀ ਆ। ਹੁਣ ਜਿਹੜੇ ਚੰਗੇ ਗੁਣ ਨੇ, ਚੰਗੇ ਗੁਣਾਂ ਦੇ ਮੁਤਾਬਕ ਆਪਾਂ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ, ਤਾਂ ਕਬੀਰ ਜੀ ਨਾਨਕ ਜੀ ਵੀ ਕਹਿੰਦੇ ਨਾ, ਨਾਨਕ ਕੱਚੜੀਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆ, ਲੱਭੇ ਪੱਕਾ ਸੰਤ ਲੱਭੀ। ਹੁਣ ਪੱਕਾ ਸੰਤ ਕਿਆ? ਸਰੀਰ ਕਰਕੇ ਕੋਈ ਸੰਤ ਪੱਕਾ ਲੱਭਾਂਗੇ? ਜੇ ਉਹਨੂੰ ਖੜਕਾ ਕੇ ਦੇਖਾਂਗੇ ਬੰਦੇ ਦੇ ਸਰੀਰ ਨੂੰ, ਵੀ ਪੱਕਾ ਹੈ ਕਿ ਕੱਚਾ ਹੈ, ਇਹ ਸੰਤ ਪੱਕਾ ਆ ਕਿ ਕੱਚਾ ਆ, ਪਤਾ ਕਿੱਦਾਂ ਲੱਗਦਾ? ਕਿਵੇਂ ਪਤਾ ਲੱਗੂ? ਹੁਣ ਸੰਤ ਦਾ ਭਾਵ ਵੀ ਗੁਰਬਾਣੀ ਦੇ ਮੁਤਾਬਕ ਚੰਗੇ ਗੁਣਾਂ ਦੀ ਗੱਲ ਹੈ। ਕਵੀ ਨਾਨਕ ਜੀ ਕਹਿੰਦੇ ਨਾ, ਕੱਚੜਿਆ ਸਿਓ ਤੋੜ, ਭਾਵ ਕਿ ਜਿਹੜੇ ਮਾੜੇ ਵਿਕਾਰ ਨੇ, ਮਾੜੇ ਵਿਚਾਰ ਨੇ, ਮਾੜੇ ਗੁਣ ਨੇ, ਉਹਨਾਂ ਨਾਲੋਂ ਤੋੜ ਲੈ। ਕੱਚੜਿਆ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆ, ਮਤਲਬ ਚੰਗੇ ਗੁਣ ਜਿਹੜੇ ਅਚਲ ਨਹੀਂ ਹੈਗੇ, ਭੱਜਦੇ ਨੱਠਦੇ ਨਹੀਂ ਹੈਗੇ, ਜਿਹੜੇ ਅੱਜ ਹੋਰ ਤੇ ਕੱਲ ਨੂੰ ਹੋਰ ਨਹੀਂ ਰਹਿੰਦੇ। ਹੁਣ ਇਮਾਨਦਾਰੀ ਹੈ, ਸੱਚ ਬੋਲਣ ਦਾ ਗੁਣ ਹੈ, ਤਾਂ ਉਹ ਹਮੇਸ਼ਾ ਦਾ ਸੱਚ ਦਾ ਸੱਚੇ ਰਹੇਗਾ ਨਾ। ਇਹ ਤਾਂ ਨਹੀਂ ਹੈਗਾ ਅੱਜ ਹੋਰ ਹੈ ਤੇ ਕੱਲ ਨੂੰ ਕੁਛ ਹੋਰ ਹੋ ਜਾਏਗਾ, ਉਹਦਾ ਰੂਪ ਨਹੀਂ ਬਦਲੇਗਾ। ਇਮਾਨਦਾਰੀ ਹੈ, ਇਮਾਨਦਾਰੀ ਹੀ ਰਹੇਗੀ ਇਸ ਯੁੱਗ ਚ, ਅਗਲੇ ਯੁੱਗ ਚ ਜਿੰਨਾ ਮਰਜ਼ੀ ਸਮਾਂ ਬੀਤ ਜਾਵੇ। ਜੇ ਨਿਰਵੈਰਤਾ ਹੈਗੀ ਆ, ਨਿਰਵੈਰ ਗੁਣ ਹੈ ਪਰਮੇਸ਼ਰ ਦਾ, ਉਹ ਇੱਕੋ ਹੀ ਗੁਣ ਹੈ ਵੀ ਆਪਾਂ ਕਿਸੇ ਨੂੰ ਵੈਰ ਨਹੀਂ ਕਰਨਾ ਤਾਂ ਨਹੀਂ ਕਰਨਾ, ਨਿਰਭਉ ਆਪਾਂ ਕਿਸੇ ਤੋਂ ਨਹੀਂ ਡਰਨਾ ਤਾਂ ਨਹੀਂ ਡਰਨਾ। ਬਾਣੀ ਵੀ ਤਾਂ ਕਹਿੰਦੀ ਹੈ ਨਾ, ਭੈ ਕਾਹੂ ਕੋ ਦੇਤ ਹੈ ਨਹਿ ਭੈ ਮਾਨ ਦਾਨ, ਵੀ ਭੈ ਕਾਹਨੂੰ ਦਿੰਦਾ ਕਿਸੇ ਨੂੰ, ਨਾ ਕਿਸੇ ਦਾ ਭੈ ਮਨ। ਇਹ ਗੁਣ ਹੈ, ਇਹ ਪਰਮੇਸ਼ਰ ਦੇ ਗੁਣਾਂ ਨੂੰ ਆਪਾਂ ਬਚਦੇ ਹਾਂ ਧਿਆਨ ਨਾਲ। ਹੁਣ ਕਹਿੰਦੇ ਨੇ ਜਿਨ੍ਹਾਂ ਨੇ ਤਾਂ ਉਹਨਾਂ ਨੂੰ ਰਾਵਿਆ ਪਰਮੇਸ਼ਰ ਦੇ ਗੁਣਾਂ ਦੇ ਨਾਲ ਆਪਣਾ ਮੇਲ ਕੀਤਾ, ਸਿਰ ਦਿਸਣ ਨਿਤ ਖੜੀਆਂ, ਉਹ ਖੜੇ ਰਹਿੰਦੇ ਨੇ ਕਿਉਂਕਿ ਚੰਗੇ ਗੁਣ ਨੇ, ਉਹ ਢਹਿੰਦੇ ਨਹੀਂ ਹੈਗੇ। ਚੰਗੇ ਗੁਣ ਕਦੇ ਢਹਿੰਦੇ ਨਹੀਂ ਹੈ, ਮਿਟਦੇ ਨਹੀਂ ਹੈ। ਪਰ ਜਿਹੜਾ ਝੂਠ ਹੈ, ਜੇ ਅੱਜ ਹੈਗਾ ਤਾਂ ਕੱਲ੍ਹ ਨੂੰ ਆਪਾਂ ਕਹਿੰਦੇ ਹਾਂ ਕਿ ਝੂਠ ਦੇ ਪੈਰ ਨਹੀਂ ਹੁੰਦੇ, ਉਹ ਖੜਦੇ ਨਹੀਂ ਹੈਗੇ। ਚੰਗੇ ਗੁਣ ਖੜਨਗੇ ਨਹੀਂ, ਆਪਾਂ ਜੇ ਕਰ ਵੀ ਲੈਂਦੇ ਕੋਈ ਮਾੜਾ ਕਰਮ, ਉਹ ਖੜਦੇ ਨਹੀਂ ਹੈਗੇ। ਪਰ ਜਿਹੜਾ ਚੰਗਾ ਗੁਣ ਆ, ਉਹ ਖੜਾ ਰਹਿੰਦਾ ਹਰ ਵੇਲੇ। ਸੱਜਣ ਮੇਰੇ ਰੰਗਲੇ, ਜਿਹੜੇ ਵੀ ਚੰਗੇ ਗੁਣ ਨੇ, ਉਹ ਕਹਿੰਦੇ ਨੇ ਤੇਰੇ ਨਾਲ ਖੜੇ ਨੇ ਹਰ ਵੇਲੇ, ਵਧੀਆ ਨੇ ਸੱਜਣ ਤੇਰੇ। ਹੁਣ ਅੱਗੇ ਮਹਾਂਪੁਰਖ ਦੱਸਦੇ ਨੇ, ਕਹਿੰਦੇ ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ, ਰਤਨਾਂ ਨਾਲ, ਜਵੇਹਰਾਂ ਨਾਲ, ਲਾਲਾਂ ਨਾਲ।
ਹੁਣ ਰਤਨ ਜਵੇਹਰ ਨਾਲ ਮਤ ਜਾਣੋ ਸੰਸਾਰ ਦੀ ਖੇਡ ਵਿੱਚ ਪੈ ਜਾਈਏ ਕਿ ਜਿਹੜੇ ਹੁਣ ਦੁਨੀਆਂ ਦੇ ਵਿੱਚ ਜਿਹੜੇ ਲਾਲ ਕਹੇ ਜਾਂਦੇ ਨੇ ਜਾਂ ਰਤਨ ਬਣਾਏ ਜਾਂਦੇ ਨੇ ਆਹ ਜਿਹੜੇ ਜਿਹੜੇ ਉਂਗਲੀਆਂ ਚ ਪਾਉਂਦੇ ਆ ਆਪਾਂ ਮਣਕੇ ਪਰੋ ਪਰੋ ਕੇ ਉਹ ਇਹਨਾਂ ਦੀ ਗੱਲ ਨੀ ਹੈਗੀ ਉਹਨਾਂ ਜਵਾਹਰਾਤਾਂ ਦੀ ਗੱਲ ਨੀ ਹੈਗੀ ਗੁਰਬਾਣੀ ਮੁਤਾਬਕ ਕੀ ਆ ਬਾਬਾ ਨਾਨਕ ਜਪ ਸਾਹਿਬ ਦੇ ਵਿੱਚ ਕਹਿ ਰਹੇ ਕੀ ਕਹਿ ਰਹੇ ਨੇ ਜਪਜੀ ਸਾਹਿਬ ਦੇ ਵਿੱਚ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਇੱਕ ਗੁਰੂ ਕੋਲੋਂ ਇੱਕ ਸਿੱਖਿਆ ਵੀ ਲੈ ਲਈ ਤਾਂ ਕੀ ਹੋ ਗਿਆ ਤੇਰੇ ਮਨ ਦੇ ਅੰਦਰ ਮਤ ਵਿੱਚ ਤੇਰੀ ਮਤ ਦੇ ਵਿੱਚ ਰਤਨ ਜਵਾਹਰ ਮਾਣਕ ਭਰ ਗਿਆ ਚੰਗੇ ਗੁਣਾਂ ਨਾਲ ਤੇਰੇ ਅੰਦਰ ਹੀ ਕਹਿੰਦੇ ਮਾਣਕ ਹੀਰੇ ਪਾੜੇ ਪੜੇ ਨੇ ਹੁਣ ਸੱਚਮੁੱਚ ਦੇ ਹੀਰੇ ਨੀ ਲੰਮਾ ਤੱਕ ਜਾ ਰਹੇ ਹੋ ਆਪਾਂ ਪਾੜ ਕੇ ਦੇਖਣ ਲੱਗ ਪਈਏ ਵੀ ਸਾਡੇ ਅੰਦਰ ਕੋਈ ਹੀਰੇ ਜਵਾਹਰਤ ਹੈਗੇ ਕਿ ਨਹੀਂ ਹੈਗੇ ਚੰਗੇ ਗੁਣ ਇੱਕ ਸਿੱਖ ਸੁਣੀ ਚੰਗੀ ਸ਼ਿਕਸ਼ਾ ਨਹੀਂ ਜਦੋਂ ਆਪਾਂ ਗੁਰਬਾਣੀ ਕੀ ਆਪਾਂ ਨੂੰ ਮਨ ਸਮਝਾਵਣ ਕਾਰਨ ਇਹ ਕਸ਼ੂਕ ਪੜੀਏ ਗਿਆਨ ਹੈ ਨਾ ਗਿਆਨ ਗੁਰੂ ਹੈ ਸ਼ਬਦ ਗੁਰੂ ਗਿਆਨ ਗੁਰੂ ਹੁਣ ਗਿਆਨ ਗੁਰੂ ਕੋਲੋਂ ਜਦੋਂ ਆਪਾਂ ਪੁੱਛਦੇ ਹਾਂ ਤਾਂ ਦੱਸਦੇ ਆ ਤੇਰੇ ਅੰਦਰ ਕਹਿੰਦੇ ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ ਨਾਨਕ ਬਾਛੇ ਧੂੜ ਤਿੰਨ ਪ੍ਰਭ ਸ਼ਰਨੀ ਦਰਪਣੀ ਹੁਣ ਇਸੇ ਚੀਜ਼ ਦੀ ਕਹਿੰਦੇ ਨਾਨਕ ਜੀ ਵੀ ਕਹਿੰਦੇ ਅਸੀਂ ਬਾਛਦੇ ਹਾਂ ਲੋੜਦੇ ਹਾਂ ਉਹਨਾਂ ਚੀਜ਼ਾਂ ਨੂੰ ਪ੍ਰਭ ਸ਼ਰਨੀ ਦਰਪਣੀਆਂ ਇਹ ਪ੍ਰਭੂ ਤੇਰੀ ਮੈਂ ਸ਼ਰਨ ਦੇ ਵਿੱਚ ਪੜ ਜਮਾ ਆਜਮਾ ਹੁਣ ਪ੍ਰਭੂ ਦੀ ਸ਼ਰਨ ਵਿੱਚ ਜਾਣ ਦਾ ਅਰਥ ਵੀ ਚੰਗੇ ਗੁਣਾਂ ਨੂੰ ਅਪਣਾਉਣਾ ਹੀ ਹੈ ਜਦ ਤੱਕ ਅਸੀਂ ਚੰਗੇ ਗੁਣਾਂ ਨੂੰ ਚੰਗੀ ਥੋਟ ਨੂੰ ਚੰਗੇ ਵਿਚਾਰ ਨੂੰ ਨਹੀਂ ਅਪਣਾਉਂਦੇ ਹੁਣ ਠੀਕ ਹੈ ਆਪਾਂ ਮੰਨ ਲੈਂਦੇ ਕਿ ਸਾਨੂੰ ਪਤਾ ਨੀ ਜੀ ਗੁਰੂ ਜੀ ਕਿਹੜੇ ਚੰਗੇ ਗੁਣ ਹੈ ਬਾਣੀ ਕੋਲੋਂ ਪੁੱਛ ਲਈਏ ਗਿਆਨ ਗੁਰੂ ਹੈ ਨਾ ਗਿਆਨ ਦੇ ਰਹੇ ਆ ਉਹ ਆਪਾਂ ਬਾਣੀ ਨੂੰ ਪੜ੍ਹਦੇ ਹਾਂ ਜਦੋਂ ਪੜ੍ਹਦੇ ਹਾਂ ਤਾਂ ਵਿਚਾਰਦੇ ਹਾਂ ਤਾਂ ਪਤਾ ਲੱਗਦਾ ਉਹਦੇ ਵਿੱਚ ਤਾਂ ਗੁਣ ਬਹੁਤ ਦੱਸੇ ਨੇ ਕਹਿੰਦੇ ਜੇ ਤੂੰ ਗੁਣਾਂ ਦਾ ਵਿਖਿਆਨ ਵੀ ਕਰਨਾ ਚਾਹਵੇਂ ਆ ਜੀਵ ਤਾਂ ਤੇਰੀ ਜੀਭਾ ਇੱਕ ਵਾ ਉਸ ਮਾਲਕ ਦੇ ਗੁਣ ਬਹੁਤ ਨੇ ਜਿਹਬਾ ਏਕ ਕਵਣ ਗੁਣ ਕਹੀ ਹੈ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿੰਨੇ ਹੀ ਲਈਏ ਤੇਰੇ ਤਾਂ ਗੁਣ ਬਹੁਤ ਨੇ ਤੇਰੇ ਗੁਣ ਬਹੁਤੇ ਮੈਨੂੰ ਮਾਲਕ ਤੂੰ ਕਿਰਪਾ ਕਰ ਮੇਰੇ ਤੇ ਵੀ ਕੋਈ ਗੁਣਾਂ ਦੀ ਰਹਿਮਤ ਕਰ ਬਰਸਾ ਕਰ ਬਰਖਾ ਕਰ ਮੇਰੇ ਤੇ ਵੀ ਉਹ ਗੁਣਾਂ ਦੇ ਨਾਲ ਮੈਂ ਆਪਣੇ ਜੀਵਨ ਦੇ ਵਿੱਚ ਬਿਠਾਲ ਸਕਾਂ ਉਹਨਾਂ ਨੂੰ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਉਹਨਾਂ ਦਾ ਵਿਸ਼ਰਾਮ ਕਰਾਵਾਂ ਤੇ ਉਹ ਮੇਰੇ ਨਾਲ ਬੈਠਣ ਤੇ ਉਹਨਾਂ ਗੁਣਾਂ ਤੇ ਮੇਰੀ ਜ਼ਿੰਦਗੀ ਚੱਲੇ ਤਾਂ ਮੈਂ ਬਹੁਤ ਅੱਛਾ ਰਹਾਂਗਾ ਜ਼ਿੰਦਗੀ ਵਧੀਆ ਕੱਟ ਸਕਾਂਗਾ ਇਹ ਜ਼ਿੰਦਗੀ ਜਿਉਣ ਦਾ ਇੱਕ ਤਰੀਕਾ ਬਾਬਾ ਦੱਸ ਰਿਹਾ ਹੈ ਗਿਆਨ ਗੁਰੂ ਆਪਾਂ ਨੂੰ ਦੱਸ ਰਿਹਾ ਹੈ ਆਪਾਂ ਉਹਦੇ ਤੇ ਚੱਲਣਾ ਤੇ ਮਹਾਂਪੁਰਖ ਦੱਸਦੇ ਆ ਕਹਿੰਦੇ ਮੰਗਰ ਪ੍ਰਭ ਆਰਾਧਨਾ ਬਹੁੜ ਨਾ ਜਨ ਮੜੀ ਜਿਹੜੇ ਵੀ ਜੀਵਾਂ ਨੇ ਜਿਸ ਵੀ ਪ੍ਰਾਣੀ ਨੇ ਇਸ ਤਰ੍ਹਾਂ ਆਪਣੇ ਘਰ ਦੇ ਅੰਦਰ ਮਨ ਰੂਪੀ ਘਰ ਦੇ ਅੰਦਰ ਉਸ ਪ੍ਰਭੂ ਦੇ ਗੁਣਾਂ ਦੀ ਆਰਾਧਨਾ ਕੀਤੀ ਆ ਉਹਨਾਂ ਨੂੰ ਬਿਠਾਲਿਆ ਉਹਨਾਂ ਤੇ ਜੀਵਨ ਚੱਲਿਆ ਤਾਂ ਕਹਿੰਦੇ ਬਹੁੜ ਨਾ ਜਨ ਮੜੀ ਆ ਉਹ ਮੁੜ ਕੇ ਕੋਈ ਵੀ ਜਨਮ ਮਰਨ ਦੇ ਚੱਕਰ ਦੇ ਵਿੱਚ ਨਹੀਂ ਹੁਣ ਜਨਮ ਮਰਨ ਦਾ ਆਪਾਂ ਪਹਿਲਾਂ ਸਮਝ ਚੁੱਕੇ ਹਾਂ ਇੱਕੋ ਹੀ ਜੀਵਨ ਮਿਲਿਆ ਇੱਕੋ ਜੀਵਨ ਦੇ ਵਿੱਚ ਆਪਾਂ ਕਿਤਨੀ ਵਾਰੀ ਮਰਦੇ ਹਾਂ ਤੇ ਕਿਤਨੀ ਵਾਰੀ ਜੀਉਂਦੇ ਹਾਂ ਆਖਾਂ ਜੀਵਾਂ ਵਿਸਰੇ ਮਰ ਜਾ ਚੰਗੇ ਗੁਣਾਂ ਨੂੰ ਜਿਸ ਵੇਲੇ ਵੀ ਮੈਂ ਵਿਸਾਰ ਦਿੰਦਾ ਮਾੜੇ ਗੁਣਾਂ ਦੀ ਸੰਗਤ ਚੱਲ ਜਾਂਦਾ ਤਾਂ ਮੈਂ ਮਰ ਜਾਂਦਾ ਜਦੋਂ ਚੰਗੇ ਗੁਣਾਂ ਦੇ ਨਾਲ ਮੈਂ ਚੱਲਦਾ ਤਾਂ ਜੀਉਂਦਾ ਹੁਣ ਇਸੇ ਤਰ੍ਹਾਂ ਜਿਨ੍ਹਾਂ ਨੇ ਮਹਾਂਪੁਰਖ ਦੱਸਦੇ ਨੇ ਕਿ ਜਿਸ ਨੇ ਵੀ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਉਹ ਚੰਗੇ ਗੁਣਾਂ ਨੂੰ ਪੱਕਾ ਥਾਂ ਪੱਕਾ ਵਾਸ ਕਰ ਦਿੱਤਾ ਉਹ ਮੁੜ ਕੇ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਰਹੇ ਕਿਉਂ ਜਦੋਂ ਆਪਾਂ ਪੱਕਿਆਂ ਦੇ ਨਾਲ ਜੁੜ ਗਏ ਉਹਨਾਂ ਨੂੰ ਬਿਠਾ ਲਿਆ ਆਪਣੇ ਹਿਰਦੇ ਵਿੱਚ ਪੂਰੇ ਸਲੋਕ ਦਾ ਹੁਣ ਆਪਾਂ ਅੱਖ ਲਈਏ ਨਾ ਵੀ ਉਹਨੂੰ ਆਪਣੇ ਹਿਰਦੇ ਵਿੱਚ ਬਿਠਾ ਲਿਆ ਚੰਗਿਆਂ ਦੇ ਨਾਲ ਆਪਣੀ ਮਿੱਤਰਤਾ ਹੋ ਗਈ ਤਾਂ ਸਾਡੇ ਅੰਦਰ ਰਤਨ ਜਵਾਹਰ ਵੀ ਹੋ ਗਏ ਆਪਾਂ ਨੂੰ ਕਿਸੇ ਦਾ ਵੀ ਕੋਈ ਜਨਮ ਦਾ ਮਰਨ ਦਾ ਡਰ ਵੀ ਖਤਮ ਹੋ ਗਿਆ ਕਿਉਂਕਿ ਜਦੋਂ ਆਪਣਾ ਵਿਸ਼ਵਾਸ ਹੀ ਪੱਕਾ ਆ
ਆਪਾਂ ਚੰਗੇ ਗੁਣਾਂ ਤੇ ਧਾਰਨੀ ਹੀ ਬਣ ਗਏ ਆ, ਉਹਨਾਂ ਤੇ ਚੱਲਣਾ ਹੀ ਸ਼ੁਰੂ ਕਰ ਦਿੱਤਾ, ਜੀਵਨ ਉਸ ਢੰਗ ਨਾਲ ਜੀ ਰਹੇ ਆ, ਤਾਂ ਕਹਿੰਦੇ ਹੁਣ ਫਿਰ ਤੈਨੂੰ ਸਾਰਾ ਡਰ ਕੋਈ ਡਰ ਨਹੀਂ, ਕਿਉਂ? ਕਿਉਂਕਿ ਹੁਣ ਮਰਨਾ ਹੈ ਹੀ ਨੀ। ਨਾਨਕ ਵੱਧਾ ਘਰ ਕਹਾਂ ਜਿੱਥੇ ਮ੍ਰਿਤ ਨਾ ਜਨਮ ਜਰਾ, ਉਸ ਘਰ ਦੇ ਵਿੱਚ ਚੱਲ ਗਏ ਜਿੱਥੇ ਮ੍ਰਿਤਿਉ ਹੁੰਦੀ ਨੀ। ਜਨਮ ਤਾਂ ਹੋਣਾ ਹੀ ਨੀ, ਹੋਰ ਜਨਮ ਤਾਂ ਇੱਕੋ ਹੀ ਸੀਗਾ, ਹੁਣ ਜਨਮ ਤਾਂ ਹੋ ਗਏ ਆ। ਸਤਿਗੁਰ ਕੇ ਜਨਮੇ ਗਬਨ ਮਟਾਇਓ, ਹੁਣ ਸਤਿਗੁਰੂ ਦੇ ਦੁਆਰਾ ਜਨਮ ਲੈ ਲਿਆ, ਚੰਗੇ ਗੁਣਾਂ ਨੂੰ ਆਪਣੇ ਅੰਦਰ ਧਾਰਨੀ ਕਰ ਲਿਆ, ਉਹਨਾਂ ਤੇ ਆਪਣਾ ਜ਼ਿੰਦਗੀ ਬਤੀਤ ਕਰ ਰਹੇ ਹਾਂ। ਵੈਰੀ ਗੁੱਡ, ਸੌਖਾ ਹੀ ਸੀ ਮੰਤਰ, ਆਪਾਂ ਨੂੰ ਔਖਾ ਕਰਕੇ ਦਿਖਾ ਲਿਆ ਜਾਂਦਾ ਸੀ, ਆਪਾਂ ਨੂੰ ਪਤਾ ਨਹੀਂ ਸੀ ਲੱਗਦਾ। ਜਦੋਂ ਚੰਗੇ ਗੁਣਾਂ ਦੇ ਨਾਲ ਆਪਾਂ ਜ਼ਿੰਦਗੀ ਜੀਣੀ ਸ਼ੁਰੂ ਕਰ ਦਿੱਤੀ, ਹੁਣ ਆਪਾਂ ਕੀ ਆ, ਵਿਕਾਰ ਸਾਨੂੰ ਤੰਗੇ ਨਹੀਂ ਕਰਦੇ। ਜੰਮਦੀ ਸਰਕਾਰ ਕੁਛ ਵੀ ਨਹੀਂ ਕਰ ਸਕਦੀ, ਹੁਣ ਜਮਾਂ ਨੇ ਕੀ ਕਰਨਾ, ਲੇਖਾ ਪਾਟ ਗਿਆ ਹੁਣ। ਪਰ ਇਹ ਕੀ, ਮਰਨੇ ਤੋਂ ਬਾਅਦ ਦੀਆਂ ਗੱਲਾਂ ਨਹੀਂ ਹੈਗੀਆਂ, ਇਸੇ ਜੀਵਨ ਦੀਆਂ ਖੇਡ ਆ ਸਾਰੀ। ਇੱਕੋ ਜੀਵਨ ਮਿਲਿਆ, ਇੱਕੋ ਹੀ ਜਨਮ ਮਿਲਿਆ, ਇਹਦੇ ਵਿੱਚ ਇਨਸਾਨ ਨੇ ਜ਼ਿੰਦਗੀ ਜਿਉਣੀ, ਆਪਾਂ ਕਿੱਦਾਂ ਦੀ ਜਿਉਣੀ ਆ, ਚੋਇਸ ਦੱਸੀ ਜਾਂਦੀ ਆ, ਆਪਾਂ ਨੂੰ ਨਹੀਂ ਪਤਾ। ਮਹਾਂਪੁਰਖ ਕਹਿੰਦੇ ਲੋ ਬਾਣੀ ਨੂੰ ਪੜ੍ਹ ਲਓ, ਬਾਣੀ 'ਚ ਪੜ੍ਹ ਕੇ ਦੇਖ ਲਓ ਵੀ ਤੂੰ ਜ਼ਿੰਦਗੀ ਕਿੱਦਾਂ ਦੀ ਬਸਰ ਕਰਨੀ, ਤੂੰ ਕਿਆ ਮਾੜੇ ਗੁਣਾਂ ਦੇ ਨਾਲ ਜ਼ਿੰਦਗੀ ਬਸਰ ਕਰਨੀ ਹੈ, ਤਾਂ ਤੇਰੇ ਨਾਲ ਕੀ ਹੋਣਾ। ਜੇ ਤੂੰ ਚੰਗੇ ਗੁਣਾਂ ਨਾਲ ਜ਼ਿੰਦਗੀ ਬਸਰ ਕਰਦਾ ਤਾਂ ਤੇਰੇ ਨਾਲ ਕੀ ਹੋਣਾ। ਤੂੰ ਪਰਮੇਸ਼ਰ ਨਾਲ ਹਰ ਵੇਲੇ ਮਿਲਿਆ ਰਹਿਣਾ ਚਾਹੁੰਦਾ, ਤਾਂ ਆਪਣੇ ਅੰਦਰ ਹਮੇਸ਼ਾ ਹੀ ਪਰਮੇਸ਼ਰ ਦਾ ਜਿਹੜਾ ਸਿਮਰਨ ਭਾਵ ਚੰਗੇ ਗੁਣ ਨੂੰ ਆਪਣੇ ਆਪਣਾ ਆਪ ਹੀ ਚੱਲਦਾ ਹੈ, ਤਾਂ ਬਹੁਤ ਅੱਛਾ ਹੈ। ਸੋ ਇਹ ਮਹਾਂਪੁਰਖਾਂ ਨੇ ਕਿਹਾ, ਇਹ ਕੋਈ ਗਿਣਤੀ ਗਿਣਤੀ ਦੀਆਂ ਖੇਡਾਂ ਨਹੀਂ ਹੈ ਕਿ ਫਲਾਨਾ ਮਹੀਨਾ ਚੜ੍ਹ ਗਿਆ ਤਾਂ ਸ਼ਾਇਦ ਫਲਾਨਾ ਮਹੀਨਾ ਚੜ੍ਹ ਗਿਆ ਉਹਦੇ ਨਾਲ ਖੁਸ਼ ਹੋ ਗਿਆ, ਕਿਉਂਕਿ ਆਖਰ ਦੇ ਵਿੱਚ ਮਹਾਂਪੁਰਖਾਂ ਨੇ ਇਹਦੇ ਵਿੱਚ ਦੱਸਿਆ ਨਾ, ਮਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੀ। ਇੱਥੇ ਜਿਹੜਾ ਮਾਂ ਆ, ਇੱਥੇ ਆਪਾਂ ਉੱਥੇ ਮੰਗਰ ਮਾਹੇ ਆ ਮੰਗਰ, ਇੱਥੇ ਮਾਹਾ ਹੈ, ਇੱਥੇ ਮਹੀਨੇ ਦੀ ਗੱਲ ਕੀਤੀ ਆ, ਮਹੀਨੇ ਦਿਵਸ ਮੂਰਤ। ਜਦੋਂ ਆਪਾਂ ਮਹੂਰਤ ਕੱਢਦੇ ਹਾਂ ਫਲਾਨਾ ਮੂਰਤ ਫਲਾਨਾ ਮੂਰਤ, ਕਹਿੰਦੇ ਸਭ ਭਲੇ ਆ, ਇਹਦੇ ਲਈ ਜਿਸ ਕੋ ਨਦਰ ਕਰੇ, ਜਿਸਨੇ ਆਪਣੇ ਉੱਤੇ ਚੰਗੇ ਗੁਣਾਂ ਦੀ ਨਜ਼ਰ ਕਰਨ ਲਈ। ਹੁਣ ਮਤ ਜਾਣੋ ਕਿ ਕੋਈ ਆਊਗਾ ਤੇ ਸਾਡੇ ਤੇ ਕੋਈ ਨਜ਼ਰ ਕਰੂਗਾ। ਅਕਸਰ ਆਪਾਂ ਇੱਦਾਂ ਕਹਿੰਦੇ, ਪਰਮੇਸ਼ਰ ਤੂੰ ਮੇਰੇ ਤੇ ਨਜ਼ਰ ਕਰਦੇ, ਪਰਮੇਸ਼ਰ ਨੇ ਕੋਈ ਨਜ਼ਰ ਕਰਨੇ ਨੂੰ ਉਹਦੇ ਕੋਲ ਕਿਹੜਾ ਕੋਈ ਸੱਚ ਲੈਟ ਹੈ ਜਿਹੜੀ ਸਾਡੇ ਤੇ ਮਾਰਨੀ ਉਹਨੇ। ਰੱਬ ਤਾਂ ਚੰਗੇ ਗੁਣਾਂ ਨੂੰ ਆਖਿਆ ਜਾਂਦਾ, ਹੁਣ ਚੰਗੇ ਗੁਣ ਅਪਣਾਉਣੇ ਤਾਂ ਆਪਾਂ ਆ, ਆਪਾਂ ਜ਼ਿੰਦਗੀ ਚ ਅਪਣਾਉਣੇ ਆ, ਅਪਣਾਉਣੇ ਆ ਕਿ ਨਹੀਂ ਅਪਣਾਉਣੇ ਆਪਣੇ ਹੱਥ ਹੈ। ਹੁਣ ਚੰਗੇ ਪਾਸੇ ਜਾਣਾ ਕਿ ਮਾੜੇ ਪਾਸੇ ਜਾਣਾ, ਹੁਣ ਪਰਮੇਸ਼ਰ ਦੇ ਹੱਥ ਚ ਨਹੀਂ ਹੈਗਾ, ਕੰਮ ਹੀ ਆਪੋ ਆਪਣੀ, ਆਪਣੇ ਕੋਲ ਕਰਮ ਹੈ। ਆਪਾਂ ਜਾਣਾ, ਆਪਾਂ ਸੋਚਣਾ, ਆਪਾਂ ਦੇਖਣਾ ਕਿ ਕੀ ਭਲਾ ਹੈ ਤੇ ਕੀ ਬੁਰਾ ਹੈ। ਜੇ ਹੁਣ ਅਸੀਂ ਆਪਾਂ ਬੁਰੇ ਨੂੰ ਵੀ ਭਲਾ ਕਹੀ ਜਾਈਏ, ਤਾਂ ਇਹਦਾ ਮਤਲਬ ਅਸੀਂ ਅੱਖਾਂ ਬੰਦ ਕੀਤੀਆਂ। ਅਖੇ ਜੀ ਕਿਉਂ ਕਹਿੰਦੇ ਆ, ਉਹ ਜੀ ਸੰਸਾਰ ਕਹਿੰਦਾ, ਦੁਨੀਆਂ ਕਹਿ ਰਹੀ ਆ ਵੀ ਉਹ ਵੀ ਭਲਾ ਹੈ, ਉਹ ਵੀ ਭਲਾ ਹੈ। ਉਹ ਕਹਿੰਦੇ ਫਿਰ ਚਲਦੇ ਕਿ ਪਿੱਛੇ ਚਲੋ, ਜਗ ਦੀ ਭੇਡਾਂ ਵਾਲੀ ਚਾਲ, ਕਿ ਆਪਾਂ ਵੀ ਭੇਡਾਂ ਹੀ ਬਣਨਾ। ਜੇ ਆਪਾਂ ਨੂੰ ਮਾਲਕ ਨੇ ਸੋਝੀ ਬਖਸ਼ੀ ਆ, ਗੁਰੂ ਨੇ ਸੋਝੀ ਦੇ ਦਿੱਤੀ ਆ, ਤਾਂ ਉਹਨਾਂ ਚੀਜ਼ਾਂ ਤੋਂ ਹਟਣਾ ਹੈ। ਜਿਵੇਂ ਬਾਬਾ ਨਾਨਕ ਜਿਸ ਵੇਲੇ ਦੁਨੀਆਂ ਤੇ ਆਏ, ਕਹਿੰਦੇ ਉਹਨਾਂ ਦੇ ਜਿਹੜੇ ਮਾਤਾ ਪਿਤਾ ਸੀ ਹਿੰਦੂ ਸੀ। ਇਹ ਬੜਾ ਵੱਡਾ ਵਿਵਾਦ ਚੱਲ ਰਿਹਾ ਅੱਜ ਦੇ ਸਮੇਂ ਦੇ ਵਿੱਚ। ਹੁਣ ਹਿੰਦੂ ਕਿਉਂ ਮੰਨ ਰਹੇ ਸੀਗੇ, ਕਿਉਂਕਿ ਉਹ ਹਿੰਦੂਆਂ ਵਾਲੇ ਸਾਰੇ ਕਰਮ ਜਿਹੜੇ ਆ ਉਹ ਕਰ ਰਹੇ ਸੀਗੇ। ਜਿਸ ਵੇਲੇ ਹੁਣ ਬਾਬਾ ਨਾਨਕ ਦੁਨੀਆਂ ਤੇ ਆ ਗਏ, ਉਹਨਾਂ ਨੇ ਕੀ ਕੀਤਾ? ਬਾਬੇ ਨਾਨਕ ਨੇ ਜਿਸ ਵੇਲੇ ਲੋਕਾਂ ਨੂੰ ਸੋਝ ਦਿੱਤੀ ਜਾਂ ਆਪ ਉਹਨਾਂ ਤੇ ਚੱਲੇ, ਤਾਂ ਕੀ ਕੀਤੇ ਉਹਨਾਂ ਨੇ? ਸਭ ਤੋਂ ਪਹਿਲਾਂ ਉਹਨਾਂ ਚੀਜ਼ਾਂ ਦਾ ਖੰਡਨ ਕਰ ਦਿੱਤਾ, ਕਿਉਂਕਿ ਜਿਸ ਵੇਲੇ ਬੱਚਾ ਹੁੰਦਾ ਸੀ ਥੋੜਾ ਵੱਡਾ, ਤਾਂ ਉਹਨੂੰ ਕਹਿੰਦੇ ਜੀ ਇਹਦੇ ਜਨੇਊ ਪਾਇਆ ਜਾਵੇ। ਬਾਬੇ ਨਾਨਕ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ, ਐਵੇਂ ਨਹੀਂ ਕਰ ਦਿੱਤਾ। ਜਦੋਂ ਆਪਾਂ ਪੂਰਾ ਬਾਣੀ ਦੇ ਵਿੱਚੋਂ ਉਹ ਸਲੋਕਾਂ ਨੂੰ ਪੜਾਂਗੇ ਤਾਂ ਪਤਾ ਲੱਗੇਗਾ ਕਿ ਉਹ ਜਨੇਊ ਕਿਹੋ ਜਿਹਾ ਪਹਿਨਣ ਨੂੰ ਕਿਹਾ ਉਹਨਾਂ ਨੇ। ਜਿਸ ਵੇਲੇ ਉਹਨਾਂ ਨੇ ਪੰਡਿਤ ਦੇ ਨਾਲ ਵਿਚਾਰ ਕੀਤੀ, ਪੰਡਿਤ ਨੂੰ ਦੱਸਿਆ ਕਿ ਜੇ ਇਸ ਕਿਸਮ ਦਾ ਤੇਰਾ ਜਿਹੜਾ ਜਨੇਊ ਪਾਇਆ, ਕੀ ਮੇਰੇ ਨਾਲ ਇਹ ਨਿਭੇਗਾ ਜ਼ਿੰਦਗੀ ਭਰ? ਇਹ ਟੁੱਟੇਗਾ ਨਹੀਂ, ਇਹ ਬਿਖਰ ਨਹੀਂ ਜਾਏਗਾ, ਮੈਲਾ ਨਹੀਂ ਹੋ ਜਾਏਗਾ,
वो कहता हो जाएगा, टुट भी सकता है क्योंकि सूत का ही है ना, एक सूत का ताका ही है, वो कहता टुट भी जाएगा बिखर भी जाएगा। तो कहते फिर एहो जिहा जनेऊ पा जिहड़ा ना अनुजू नूं मान मैल लगे ते ना टुटे, जिंदगी च पर मेरे नाल चले, वो की चीज चंगी होंदी है बई। हुण आपां समझ सकदे ना कि परमेश्वर दे चंगे गुण जिहड़े जिंदगी जिन्हां नूं मैल नहीं लग सकदी। जे हुण आपां सच्चाई ते चल रहे हां, सच नूं कदे मैल नहीं लगदी, सच कदे मैला नहीं हुंदा, झूठ तां है ही मैल, उहदे बारे की कहना, वो तां अंधेरा आ। ज्ञान दे विच जिस वेले आवांगे तां पता लगेगा बाबे नानक ने फिर ओह सारियां चीजां दा खंडन कीता, लोकां नूं समझाया भी, फिर समझण वास्ते अगे दुनिया नूं सुधारन वास्ते चार उदासियां भी उन्होंने कीतियां, वख वख जगह ते गए दुनिया नूं समझाण लई। बाबे नानक दा गुरपुरब चल रहे ने, बहुत लोग मना रहे ने, हुण गुरपुरब दा मनाण दा तां ही फायदा जे आपां बाबे नानक दे किसे इक आदेश ते चलीए, जे भाई चले नहीं तां एवें बस ओही दुनिया दी भेडां वाली ओह चाल रखी तां फिर आपां वी भेडां ही हो गए। आपां भेडां नहीं बनना, आपां उहनां दे विचों वखरे बनना, संसारियां ते भगतां दे विच वखरेवां हुंदा, ਉਹ ਬਖਰੇਵਾ ਇਸੇ ਗੱਲ ਦਾ ਹੈ ਵੀ ਸੰਸਾਰ ਉਹ ਕਰਦਾ ਹੈ ਜੋ ਰਾਜਨੀਤੀ ਜਾਂ ਜੋ ਤਾਕਤਵਰ ਹੈ ਉਹਦੇ ਮੁਤਾਬਕ ਚੱਲਦਾ ਹੈ, ਪਰ ਜਿਹੜਾ ਸੱਚ ਤੇ ਚੱਲਦਾ ਹੈ ਉਹ ਸੱਚ ਨੂੰ ਸੱਚ ਕਹਿੰਦਾ ਹੈ, ਉਹਨੂੰ ਕੋਈ ਡਰ ਨਹੀਂ। ਬਾਬੇ ਨਾਨਕ ਨੇ ਵੀ ਉਸ ਵੇਲੇ ਦੇ ਹਾਕਮਾਂ ਨੂੰ ਵੀ ਲਲਕਾਰ ਦਿੱਤਾ ਕਿ ਤੁਸੀਂ ਜਬਰ ਕਰ ਰਹੇ ਹਾਂ, ਜ਼ੁਲਮ ਕਰ ਰਹੇ ਹਾਂ, ਤੇ ਆਪਣੇ ਅੰਦਰ ਵੀ ਆਪਾਂ ਇਹੋ ਜਿਹੇ ਗੁਣਾਂ ਦੀ ਸਾਂਝ ਪਾਈਏ, ਆਪਣੇ ਹਿਰਦੇ ਵਿੱਚ ਵੀ ਇੱਦਾਂ ਦੇ ਕਹੀਏ ਕਿ ਜਿਹੜਾ ਕੰਮ ਗਲਤ ਹੈ ਤੁਹਾਨੂੰ ਗਲਤ ਕਹੀਏ, ਜਿਹੜਾ ਚੰਗਾ ਹੈ ਤੁਹਾਨੂੰ ਚੰਗਾ ਕਹੀਏ। ਸੋਚ ਆਪਣੀ ਨਹੀਂ ਕਬਰਤ ਕਰਦੀ ਤਾਂ ਅਸੀਂ ਵਾਰ ਵਾਰ ਕਹਿੰਦੇ ਹਾਂ ਕਿ ਗੁਰਬਾਣੀ ਤੋਂ ਸਿੱਧ ਲੈ ਲਓ, ਗੁਰਬਾਣੀ ਨੂੰ ਪੜ੍ਹ ਲਓ, ਗੁਰਬਾਣੀ ਤੋਂ ਪੁੱਛ ਲਓ। ਜਦੋਂ ਗਿਆਨ ਗੁਰੂ ਹੈਗਾ ਹੀ ਆ ਕੋਲ ਆਪਣੇ, ਹੁਣ ਤਾਂ ਬੜਾ ਸੌਖਾ ਹੋ ਗਿਆ, ਮੀਡੀਆ ਨੇ ਬੜਾ ਸੌਖਾ ਕਰਤਾ, ਨੈੱਟ ਨੇ ਬੜਾ ਸੌਖਾ ਕਰਤਾ, ਹਰ ਇੱਕ ਦੇ ਕੋਲ ਮੋਬਾਈਲ, ਹਰ ਇੱਕ ਦੇ ਕੋਲ ਮੋਬਾਈਲ ਦੇ ਵਿੱਚ ਬਾਣੀ। ਅੱਗੇ ਤਾਂ ਹੁੰਦਾ ਸੀ ਨਾ ਕਿ ਗੁਟਕਾ ਚੱਕ ਕੇ ਨੱਠਣਾ ਪੈਂਦਾ ਸੀ ਇੱਧਰ ਉੱਧਰ ਨੂੰ, ਉਹਨੂੰ ਫਿਰ ਰੱਖਣ ਦਾ, ਸਾਂਭ ਸੰਭਾਲ ਦਾ। ਹੁਣ ਤਾਂ ਮੋਬਾਈਲ ਹਰੇਕ ਦੇ ਜੇਬ ਦੇ ਵਿੱਚ ਹੀ ਹੈ ਭਾਈ, ਸਾਰਿਆਂ ਕੋਲ ਸਮਾਰਟਫੋਨ ਹੈ, ਹਰ ਇੱਕ ਦੇ ਕੋਲ ਵਿੱਚ ਗੁਰਬਾਣੀ ਦੀ ਐਪ ਹੈ। ਉਹਦੇ ਨਾਲ ਕਿੰਨਾ ਸੌਖਾ ਹੋ ਗਿਆ ਤੇ ਆਪਾਂ ਨੂੰ ਨਹੀਂ ਪਤਾ ਲੱਗਦਾ, ਆਪਾਂ ਜਿੱਥੇ ਮਰਜ਼ੀ ਜਦੋਂ ਮਰਜ਼ੀ ਗੁਰਬਾਣੀ ਨੂੰ ਕੱਢ ਕੇ ਆਪਾਂ ਪੜ੍ਹ ਸਕਦੇ ਹਾਂ, ਦੇਖ ਸਕਦੇ ਹਾਂ। ਨਹੀਂ ਤਾਂ ਕੀ ਹੁੰਦਾ ਸੀ, ਕੋਈ ਬੰਦਾ ਬੋਲ ਰਿਹਾ ਸੀ, ਬੋਲ ਕੇ ਚਲੇ ਜਾਂਦਾ ਸੀ, ਆਪਾਂ ਕਹਿੰਦੇ ਕਿ ਇੱਦਾਂ ਹੀ ਹੋਣੀ ਆ। ਅੱਜ ਜਿਹੜਾ ਸਮਾਂ ਇੰਨਾ ਫਾਸਟ ਆ ਗਿਆ, ਅਗਲਾ ਮੋਬਾਈਲ ਕੱਢ ਕੇ ਉਸੇ ਵੇਲੇ ਕਹਿ ਦਿੰਦਾ ਬਾਬਾ ਜੀ ਦੇਖੋ ਤਾਂ ਸ਼ਬਦ ਤਾਂ ਏਦਾਂ ਨੀ ਏਦਾਂ ਲਿਖਿਆ, ਤੁਸੀਂ ਕਿੱਦਾਂ ਗਲਤ ਬੋਲੀ ਜਾਂਦੇ। ਸਮਾਂ ਅਡਵਾਂਸ ਹੈ, ਆਪਾਂ ਨੂੰ ਉਹਦੇ ਮੁਤਾਬਕ ਚੱਲਣਾ ਚਾਹੀਦਾ। ਸੋ ਉਸ ਨੂੰ ਦੇਖਦੇ ਹੋਏ ਆਪਾਂ ਨੂੰ ਚੰਗੇ ਗੁਣਾਂ ਦੇ ਧਾਰਨੀ ਬਣਨਾ ਚਾਹੀਦਾ। ਇਸ ਮਹੀਨੇ ਦੇ ਵਿੱਚ ਮਹਾਂਪੁਰਖਾਂ ਨੇ ਸਮਝਾਉਣਾ ਕੀਤਾ ਕਿ ਇਹ ਪ੍ਰਾਣੀ ਅਗਰ ਤੂੰ ਇਸ ਤਰ੍ਹਾਂ ਜ਼ਿੰਦਗੀ ਬਤੀਤ ਕਰੇਂ ਚੰਗੇ ਗੁਣਾਂ ਦੇ ਨਾਲ, ਤਾਂ ਤੂੰ ਹਰ ਵੇਲੇ ਹਰ ਸਮੇਂ ਪਰਮੇਸ਼ਰ ਦੇ ਨਾਲ ਇਕਮਿਕਤਾ ਹੋ ਸਕਦੀ ਹੈ, ਤੇਰੀ ਉਹਦੇ ਨਾਲ ਸਾਂਝ ਪੈ ਸਕਦੀ ਹੈ। ਨਹੀਂ ਤਾਂ ਫਿਰ ਭਾਈ ਇਕੱਲੇ ਇਕੱਲੇ ਤਾਂ ਹੋਵੇ ਨਾ, ਇਕੱਲੇ ਦਾਲ ਹੋਵੇ ਉੱਗਵੇ ਨਾ, ਜਦ ਤੱਕ ਦਾਲ ਹੈ ਨਾ ਦੋ ਆ ਉਦੋਂ ਤੱਕ ਕਹਿੰਦੇ ਉੱਗਣਾ ਹੀ ਨਹੀਂ। ਇੱਕ ਹੋਏਗਾ ਤਾਂ ਰਾਸ ਆ। ਹੁਣ ਮਨ ਦਾ ਅੰਦਰ ਜਿਹੜਾ ਇਹ ਬਖਰੇਵਾ ਹੈ, ਇਹ ਜਿਹੜਾ ਸਾਡੇ ਅੰਦਰ ਪਰਮੇਸ਼ਰ ਪ੍ਰਭੂ ਦੀ ਜਿਹੜੀ ਦੋ ਤਰ੍ਹਾਂ ਦੀ ਦੀਵਾਰ ਬਣੀ ਹੋਈ ਹੈ, ਇਹਦੇ ਨਾਲ ਜੁੜੀਏ, ਚੰਗੇ ਗੁਣਾਂ ਦੇ ਨਾਲ ਜੁੜਨਾ ਕਰੀਏ, ਚੰਗੇ ਗੁਣਾਂ ਦੇ ਨਾਲ ਜ਼ਿੰਦਗੀ ਬਤੀਤ ਕਰੀਏ, ਤਾਂ ਆਪਣੀ ਜ਼ਿੰਦਗੀ ਦਾ ਵਿੱਚ ਸਫਲ। ਅਗਰ ਹੁਣ ਪਤਾ ਕਿੱਦਾਂ ਲੱਗਿਆ ਵੀ ਸਾਡੀ ਜ਼ਿੰਦਗੀ ਵਧੀਆ ਗੁਜ਼ਰ ਰਹੀ ਆ, ਆਪਾਂ ਹੋ ਕੇ ਜੁੜ ਗਏ, ਕਰਮਾਂ ਜਿਵੇਂ ਜਿਵੇਂ ਇਨਸਾਨ ਦੇ ਕਰਮ ਵਧੀਆ ਅੱਛੇ ਹੁੰਦੇ ਜਾਂਦੇ ਨੇ, ਉਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਨਿਖਾਰਤਾ, ਨਵੇਕਲਾਪਨ, ਵੱਖਰਾਪਨ ਦੁਨੀਆ ਨਾਲੋਂ ਹੁੰਦਾ ਚਾਹੀਦਾ ਚਾਹੀਦਾ। ਕਰਨਾ ਆਪ ਹੈ, ਬਾਹਰੋਂ ਨਹੀਂ ਕਿਸੇ ਨੇ ਕਰਨਾ, ਕੋਈ ਵੀ ਪ੍ਰਾਣੀ ਦੂਜਾ ਤੁਹਾਡੇ ਅੰਦਰ ਜਾ ਨਹੀਂ ਸਕਦਾ, ਬਣ ਨਹੀਂ ਸਕਦਾ।
ਇਹ ਖੇਡ ਹੈ ਮਾਲਕ ਦਾ ਆਪਾਂ ਨੂੰ ਸਮਝ ਕੇ ਆਪਣੇ ਹਿਰਦੇ ਦੇ ਅੰਦਰ ਉਸ ਚੀਜ਼ ਦੇ ਉੱਤੇ ਸਮਝਾਂਗੇ ਚੱਲਾਂਗੇ ਤਾਂ ਆਪਣਾ ਜੀਵਨ ਜਿਹੜਾ ਬਹੁਤ ਸੌਖਾ ਸੁੱਖਾ ਬਸ ਚੰਗੇ ਗੁਣਾਂ ਦੇ ਨਾਲ ਜ਼ਿੰਦਗੀ ਜੀਉਣੀ ਇਕੱਲਾ ਉਹਨਾਂ ਨੂੰ ਸੁਣਨਾ ਹੀ ਨਹੀਂ ਕਿਉਂਕਿ ਬਾਣੀ ਇਹ ਨਹੀਂ ਕਹਿੰਦੀ ਵੀ ਇਕੱਲੇ ਗੁਣਾਂ ਨੂੰ ਬਸ ਤੂੰ ਸੁਣ ਲਾ ਬਹੁਤ ਲੋਕ ਨੇ ਆਪਦੇ ਜਿਹਨਾਂ ਨੂੰ ਸਿਰਫ ਪਤਾ ਤਾਂ ਹੈ ਚੰਗੇ ਗੁਣ ਆਏ ਨੇ ਪਰ ਉਹ ਚੱਲਦੇ ਨਹੀਂ ਸੁਣਿਆ ਮੰਨਿਆ ਮਨ ਕੀਤਾ ਭਾਵ ਉਹਨਾਂ ਤੇ ਚੱਲਣਾ ਪਵੇਗਾ ਤਾਂ ਜ਼ਿੰਦਗੀ ਸਫਲ ਹੋ ਸਕਦੀ ਹੈ ਸੱਚ ਨੂੰ ਸੱਚ ਕਹਿਣ ਦੀ ਸਾਡੇ ਅੰਦਰ ਹਿੰਮਤ ਤਾਂ ਆਵੇਗੀ ਝੂਠ ਨੂੰ ਝੂਠ ਕਹਿਣ ਦੀ ਹਿੰਮਤ ਤਾਂ ਆਵੇਗੀ ਨਹੀਂ ਤਾਂ ਡਰੀ ਜਾਵਾਂਗੇ ਮੈਂ ਦੇਖੋ ਜੀ ਜੇ ਕਿਸੇ ਬੜੇ ਬੰਦੇ ਨੂੰ ਆਪਾਂ ਗਲਤ ਕਹਿ ਤਾਂ ਤੁਹਾਨੂੰ ਪਤਾ ਨਹੀਂ ਕੀ ਬੋਲਣ ਸਾਨੂੰ ਸਕਦੇ ਮਾਰ ਦੇਣਾ ਨਹੀਂ ਕੁਛ ਨਹੀਂ ਕਰ ਸਕਦਾ ਕਿਉਂਕਿ ਜਿਸ ਵੇਲੇ ਤੁਹਾਡੇ ਅੰਦਰ ਮਨ ਦੇ ਅੰਦਰ ਇੰਨੀ ਪਾਵਰ ਆ ਜਾਏਗੀ ਕਹਿੰਦੇ ਮਨ ਜਿਹੜਾ ਇੰਨਾ ਤੇਜ ਹੈ ਇੰਨਾ ਪਾਵਰਫੁੱਲ ਹੈ ਕਿ ਦੁਨੀਆਂ ਦੀ ਸਾਰੀ ਜੋਤ ਇਹਦੇ ਅੰਦਰ ਹੀ ਹੈ ਤੇ ਮਾਲਕ ਦੇ ਹੱਥ ਕੀ ਨਹੀਂ ਹੈਗਾ ਮਾਲਕ ਚੰਦ ਤਾਂ ਕੀ ਨਹੀਂ ਕਰ ਸਕਦਾ ਸਭ ਕੁਛ ਕਰ ਸਕਦਾ ਇੱਕ ਕੀੜੀ ਨਾਲ ਵੀ ਕਹਿੰਦੇ ਰਾਜ ਲਿਆ ਜਾ ਸਕਦਾ ਪਰ ਜੇ ਚੰਗਾ ਸੋ ਚੰਗੇ ਗੁਣਾਂ ਨੂੰ ਅਪਣਾਈਏ ਇਹੀ ਮਹਾਂਪੁਰਖਾਂ ਦੀ ਬਾਣੀ ਬਾਰ ਬਾਰ ਆਪਾਂ ਨੂੰ ਰਿਪੀਟ ਕਰਵਾ ਰਹੀ ਹੈ ਬਾਰ ਬਾਰ ਇਹੀ ਗੱਲ ਕਹਿ ਰਹੀ ਹੈ ਵੀ ਇਸ ਢੰਗ ਨਾਲ ਜੀਵਨ ਬਤੀਤ ਕਰ ਅਬ ਮੋਹੇ ਜੀਵਨ ਪਦ ਵੀ ਪਾਏ ਚੀਤ ਆਇਓ ਮਨ ਪੁਰਖ ਵਿਧਾਤਾ ਸੰਤਨ ਕੀ ਸ਼ਰਨਾਏ ਚੰਗੇ ਗੁਣਾਂ ਦੇ ਸ਼ਰਨ ਦੇ ਵਿੱਚ ਜਦੋਂ ਅਸੀਂ ਗਏ ਤਾਂ ਪ੍ਰਭੂ ਚਿੱਤ ਆਇਆ ਕਿਉਂਕਿ ਜਿੰਨਾ ਜਿੰਨੇ ਗੁਣ ਅਸੀਂ ਬਣਾਈ ਜਾਵਾਂਗੇ ਆਪਣੇ ਹਿਰਦੇ ਦੇ ਅੰਦਰ ਉਹਨਾਂ ਦੀ ਸ਼ਰਨ ਵਿੱਚ ਜਾਈ ਜਾਵਾਂਗੇ ਉਹਨਾਂ ਤੇ ਆਪਣਾ ਜੀਵਨ ਨਿਰਭਰ ਕਰਨ ਲੱਗ ਪਵਾਂਗੇ ਉਸੇ ਉਸੇ ਤਰ੍ਹਾਂ ਸਾਡੀ ਜ਼ਿੰਦਗੀ ਅੱਗੇ ਤੋਂ ਅੱਗੇ ਵਧੀਆ ਬਣਦੀ ਚੱਲ ਜਾਏਗੀ ਜੀਵਨ ਜਿਉਣ ਦਾ ਆਨੰਦ ਆ ਜਾਏਗਾ ਜੀਵਨ ਕੀ ਹੁੰਦਾ ਉਹਦਾ ਪਤਾ ਲੱਗ ਜਾਏਗਾ ਨਹੀਂ ਤਾਂ ਕੀ ਹੈ ਸੰਸਾਰ ਦੇ ਵਿੱਚ ਜ਼ਿਆਦਾਤਰ ਦੇਖੀ ਚੱਲੋ ਲੋਕ ਬਸ ਉੱਤੇ ਜੰਮੀ ਜਾਂਦੇ ਮਰੀ ਜਾਂਦੇ ਕਿਉਂ ਕਿਸੇ ਨੂੰ ਸੁੱਝੀ ਹੈ ਨਹੀਂ ਦੁਨੀਆਂ ਦੇ ਉੱਤੇ ਕਿ ਮੈਂ ਕੀ ਕਰਨਾ ਹੈ ਜਦਕਿ ਬਾਣੀ ਵਿੱਚ ਤਾਂ ਬਾਰ ਬਾਰ ਲਿਖਿਆ ਤੈਨੂੰ ਇਹ ਜਨਮ ਪਰਮੇਸ਼ਵਰ ਨਾਲ ਮਿਲਣੇ ਨੂੰ ਮਿਲੇ ਹੁਣ ਆਪਾਂ ਕਹਾਂਗੇ ਕਿ ਪਰਮੇਸ਼ਵਰ ਨੇ ਵਿਛੋੜਿਆ ਕਿਉਂ ਕੁਐਸਚਨ ਤਰਕ ਪੈਦਾ ਹੋ ਜਾਂਦਾ ਨਾ ਜੇ ਪਰਮੇਸ਼ਵਰ ਨਾਲ ਮਿਲਣੇ ਨੂੰ ਜਨਮ ਮਿਲਿਆ ਤਾਂ ਪਰਮੇਸ਼ਵਰ ਨੇ ਹੀ ਜਨਮ ਦਿੱਤਾ ਤਾਂ ਪਰਮੇਸ਼ਵਰ ਨੇ ਵਿਛੋੜਿਆ ਕਿਉਂ ਇਹ ਸਾਡੀ ਪ੍ਰੀਖਿਆ ਕੁਸ਼ਲਤਾ ਇਗਜ਼ਾਮ ਹੈ ਇਹ ਪੂਰਾ ਜਨਮ ਸਾਡਾ ਇੱਕ ਪ੍ਰੀਖਿਆ ਹੈ ਪਰਮੇਸ਼ਵਰ ਨੇ ਸਾਨੂੰ ਪ੍ਰੀਖਿਆ ਚ ਪਾਇਆ ਹੈ ਖੇਡ ਬਣਾ ਲਿਆ ਉਹਨੇ ਇੱਕ ਖੇਡ ਬਣਾਇਆ ਉਹਦੇ ਵਿੱਚ ਪਾਤਾ ਜੇ ਦੇਖਾ ਤਾਂ ਲੈ ਵੀ ਤੂੰ ਪਾਰ ਹੁੰਦਾ ਕਿ ਨਹੀਂ ਹੁੰਦਾ ਹੁਣ ਆਪਾਂ ਕਹਾਂਗੇ ਵੀ ਸਾਨੂੰ ਉਹਨੇ ਪਾਰ ਕਰਨ ਨੂੰ ਤਾਂ ਕਹਿਤਾ ਵੀ ਮਾਲਕ ਨੇ ਕਿਤੇ ਟ੍ਰੇਨਿੰਗ ਵੀ ਦਿੱਤੀ ਕਿਉਂਕਿ ਕੋਈ ਵੀ ਗੇਮ ਕੋਈ ਵੀ ਖੇਡ ਖੇਡਣ ਤੋਂ ਪਹਿਲਾਂ ਉਸਦੇ ਪਲੇਅਰਾਂ ਨੂੰ ਜਿਨ੍ਹਾਂ ਨੇ ਖੇਡਣੀ ਹੋਵੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਅਭਿਆਸ ਕਰਵਾਇਆ ਜਾਂਦਾ ਬਗੈਰ ਅਭਿਆਸ ਤੋਂ ਕੋਈ ਵੀ ਬੰਦਾ ਕਿਸੇ ਵੀ ਖੇਡ ਨੂੰ ਜਿੱਤ ਨਹੀਂ ਸਕਦਾ ਹੁਣ ਉਹ ਖੇਡ ਕਹਿੰਦੇ ਤੈਨੂੰ ਕਿੱਥੇ ਸਿਖਾਈ ਤਾਂ ਬਾਣੀ ਦੇ ਵਿੱਚ ਮਹਾਂਪੁਰਖਾਂ ਨੇ ਦੱਸਿਆ ਕਹਿੰਦੇ ਤੈਨੂੰ ਉਹ ਖੇਡ ਕਰਵਾਈ ਆ ਪਹਿਲਾਂ ਕਿੱਥੇ ਮਾਤਾ ਦੇ ਗਰਭ ਦੇ ਵਿੱਚ ਵੀ ਇਸ ਵੇਲੇ ਕਹਿੰਦੇ ਤੂੰ ਸਿਗਾ ਉਸ ਵੇਲੇ ਤੂੰ ਖੇਡ ਕਰਾ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੂੰ ਰਾਖਣ ਹਾਰੇ ਉੱਚੇ ਤੇਰੀ ਰੱਖਿਆ ਕੀਤੀ ਕਿਸਨੇ ਪਰਮੇਸ਼ਰ ਦੇ ਸਿਮਰਨ ਨੇ ਚੰਗੇ ਗੁਣਾਂ ਨੇ ਉਸ ਵੇਲੇ ਤੂੰ ਪਰਮੇਸ਼ਰ ਦੇ ਨਾਲ ਗੁਣ ਦੇ ਨਾਲ ਜੁੜਿਆ ਸੀ ਉੱਥੇ ਤੈਨੂੰ ਅਭਿਆਸ ਕਰਾਇਆ ਨਾਮ ਦਾ ਚੰਗੇ ਗੁਣਾਂ ਦਾ ਹੁਣ ਤੂੰ ਬਚਿਆ ਉੱਥੋਂ ਕਿਵੇਂ ਆ ਗਰਭ ਦੇ ਵਿੱਚੋਂ ਚੰਗੇ ਗੁਣਾਂ ਕਰਕੇ ਉਹ ਕਹਿੰਦੇ ਤੂੰ ਸੰਸਾਰ ਵਿੱਚ ਆਣ ਕੇ ਕੀਤਾ ਕਿ ਵਿੱਚੋਂ ਗਰਭੇ ਨਿਕਲ ਆਇਆ ਸੰਸਾਰ ਦੁਨੀਆਂ ਚ ਚਲਾ ਇਸ ਖੇਡ ਵੀ ਹੁਣ ਤੈਨੂੰ ਪੂਰਾ ਜਨਮ ਮਿਲਿਆ ਉਸ ਜਨਮ ਦੇ ਲਈ ਉਸ ਕਰਮ ਦੇ ਲਈ ਇਹ ਜਿਹੜਾ ਜਨਮ ਹੈ ਤੇ ਉਸ ਕਰਮ ਵਾਸਤੇ ਮਿਲਿਆ ਸੀ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਵਰਕਾਸ਼ ਤੇਰੇ ਕਿਤੇ ਨਾ ਕੰਮ ਇਨਸਾਨ ਸੰਗਤ ਭੱਜ ਕੇ ਬਣਾ ਹੁਣ ਚੰਗੇ ਗੁਣਾਂ ਦੇ ਨਾਲ ਤੈ ਕਹਿੰਦੇ ਮੇਲ ਮਿਲਾਪ ਕਰਨਾ ਸੀ ਪਰ ਜਿਉਂ ਹੀ ਸੰਸਾਰ ਦੇ ਵਿੱਚ ਤੂੰ ਆਇਆ ਸੰਸਾਰ ਦੀ ਬਾਹਰ ਦੀ ਜਿਹੜੀ ਮਾਇਆ ਸੀ ਉਹਦੇ ਵਿੱਚ ਤੂੰ ਗਲਤਾਨ ਹੋ ਗਿਆ ਉਹਦੇ ਵਿੱਚ ਉਲਝ ਗਿਆ ਜੋ ਸੰਸਾਰ ਜਿੱਦਾਂ ਜਿੱਦਾਂ ਚੱਲਦਾ ਸੀ ਉਦੋਂ ਉਦੋਂ ਚੱਲਣ ਲੱਗ ਪਿਆ
जैसी अगन उधर माके तैसी बाहर माया, माया अगन सब एको जही करते खेल रचाया। करते का खेल देखिए ना कैसा है, जिदा दी अगन कहते गर्भ दे विच सी उदा दी बाहर संसार दे विच माया बनाई उन्हें। जे उत्ते अगन दे विच तेनू रख सकदी आ, उदा नाम सिमरन रख सकदा, ते जिहड़ी संसार दे विच माया इहदे विचों नहीं रख सकदा, विचों नहीं बचा सकदा, बचा सकदा पर बचाए बगैर तदी जे आपां उहदे नाल उहदी शरण दे विच रहांगे आपां उत्थों बागी हो, असि ओहदी शरण नूं मन्नण तों इनकार हो गए। आपां ओहदी शरण नहीं मन्नी, जो दुनिया कहिंदी आ, जो लोग कहिंदे आ, उहनां दी शरण मन्ननी शुरू कर दित्ती, अपने अंदर दी नहीं सुनी, बाहर दी खेड विच पै गए। जो फलाना ऐदा कहिंदा, फलाना ऐदा कहिंदा, फलाना ऐदा कहिंदा, ओहदे मुताबक जिंदगी बतीत करन लग पए। हुण आपां वी देखिए संसार दे विच आपां जिन्ने जो काम करदे आ सारे ओह कदे लई करदे आ, जे आ काम मैं ना कीता तां लोग की कहणगे, तां मेरे नक नहीं रहिंदे, जे ऐसा ना कीता तां फिर हुण संसार की ऐदा करता तां मैनूं दुद्धे करनी पैणी, जे फलाना आ काम करता तां मैनूं दुद्धे करना पैणा। ऐसे ढंग नाल साडी जिंदगी विच ओह पक्का हो गया ना जिहड़े बेकार सीगे। हुण कहिंदी इहनां कोल तां तूं बचना सीगा, हुण इहनां तों बचण लई संसार दे विच लोकां ने ज्यादातर की हथियार कर लिया, घर बार छड्ड के नट जाओ, घर गृहस्थी इदा दया स्यापे पीते घर बार छड के संत बन जाओ, जा दूर जंगल चल जाओ, कि डेरा बना के बैठ जाओ। कहते बस यही तो बचण का उपराला है, भज जाओ नठ जाओ। वो कहते जिथे गया जेडे पंज बेकार से नाल तेरे, वो तो तेरे नाल ही चल गए। जे तू घर ग्रह छड के ग्रह तज छड के नठिया बना खंडा दे विच पर्वता पहाड़ा दे विच नू चले गया, तां कहिंदे फिर उच्चे की होया। अजू विकार ना छोड़ियो पापी मन मंदा, ओहदे तेरे नाल ही चल गए जेहड़े विकार सीगे, ओह थोड़ी घर रह गए। मन दे विच है ना विकार, बाहर थोड़ी है। हुण लड़ाई बाहर दी नहीं, इह अंतर दी इह गल है, अंदर दी सारी सिस्टम है। ज्ञान जेड़ा मन नूं समझाण वास्ते सगा, तन दी तां बहुत इक वक्री सिंपल कहानी है। तन संसार दे उत्ते पैदा होया, तन ने इक दिन चले जाणा, तन नूं रोटी कपड़ा मकान चाहीदे, बस तन दीआं जरूरतां ने। आ बाकी दा जो कुछ भी आपां कर रहे हां कद लई आ, मन करके। मेरा मन कहिंदा वी नहीं आह कमरा ऐदां दा नहीं चाहीदा, ऐदां दा बना लई, आह कोठी ऐदां दी नहीं चाहीदा, ऐदां दी बना लई। मेरा मन कहिंदा वी सवारी करन लई आह गड्डी ठीक नहीं तां ऐदां दी लै लवां। इह मन दी उहदा खेड है सारी। मन चाहुंदा क्यों, किद्दां दी चाहुंदा, जिद्दां दा लोक कहण देख के वाह 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 वधिया, इहदे कोल लै वी क्या मकान बनाया इहने, क्या गड्डी बनाई है, क्या इहने जमीन बनाई है, उह सारा कुछ जिहड़ा है मन दा, क्या अपने शरीर नूं इहने सुंदर शिंगार लिया, बस मन की खेड दुआले आपां उहदे दुआले समझ लग गए लोकां दे खेड दे नाल। असल विच मन ने श्रृंगार होना सगा परमेश्वर दे गुणा नाल, उहदी शरण विच जाना सगा, उहदे शरण दे विच गए ही नहीं तो खेड उल्टी बना ले। हुण संत शरण जो जन परे सो जन उधरन हार, संत की निंदा नाल का बहुर बहुर अवतार। ਆਪਾਂ ਹੁਣ ਇੱਥੇ ਕਹੀ ਜਾਈਏ ਲਓ ਜੀ ਇਹ ਬੰਦਾ ਕਿਸੇ ਸੰਤਾਂ ਦੇ ਕੋਲ ਨਹੀਂ ਗਿਆ ਤਾਂ ਇਹ ਖੇਡ ਬਣਾ ਦਿੱਤੀ, ਨਹੀਂ 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 ਨਹੀਂ। ਵਿਆਖਿਆ ਜਿਸ ਵੇਲੇ ਕਰੂੰਗੇ ਬਾਣੀ ਦੀ ਤਾਂ ਉਹਨੂੰ ਧਿਆਨ ਨਾਲ ਵਿਚਾਰ। ਸੰਤ ਸ਼ਰਨ ਜੋ ਜਨ ਪਰੈ, ਜਿਹੜਾ ਪ੍ਰਾਣੀ ਚੰਗੇ ਗੁਣਾਂ ਦੀ ਸ਼ਰਨ ਦੇ ਵਿੱਚ ਚਲੇ ਗਿਆ ਜੀਵਨ ਬਤੀਤ ਕਰ ਰਿਹਾ, ਸੋ ਜਨ ਉਧਰਨ ਹਾਰ, ਉਸ ਪ੍ਰਾਣੀ ਦਾ ਉਧਾਰ ਹੋਵੇਗਾ। ਜਿਹੜਾ ਨਹੀਂ ਗਿਆ ਨਾ ਚੰਗੇ ਗੁਣਾਂ ਦੀ ਸ਼ਰਨ ਦੇ ਵਿੱਚ ਉਹਦਾ ਉਧਾਰ ਨਹੀਂ ਹੋ ਗਿਆ। ਇਹ ਨਹੀਂ ਕਿਹਾ ਇੱਥੇ ਵੀ ਕੋਈ ਇੱਕ ਮਨੁੱਖ ਹੈ ਉਹਦਾ ਸਰੀਰ ਦੇ ਉੱਤੇ ਚੋਲਾ ਜਾਲਾ ਪਾ ਕੇ ਉਹਨੂੰ ਆਪਾਂ ਸੰਤ ਰੂਪ ਦੇ ਤਾ, ਪੰਜ ਸੱਤ ਗਲ ਚ ਮਾਲਾ ਪਾ ਤੀਆਂ ਵੀ ਇਹ ਸੰਤ ਵਾ ਜੀ, ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾ ਕੇ ਉਹਨੂੰ ਕਹਿਤਾ ਵੀ ਇਹ ਸੰਤ ਹੈ, ਇਹਦੀ ਸ਼ਰਨ ਵਿੱਚ ਜਿਹੜਾ ਨਹੀਂ ਗਿਆ। ਹੁਣ ਸੰਤ ਸ਼ਰਨ ਜੋ ਜਨ ਪਰ ਹੈ ਸੋ ਜਨ ਉਧਰਨ ਹਾਰ, ਉਹ ਹੈ ਨਾ ਉਹ ਉਧਰੇਗਾ। ਹੁਣ ਸੰਤ ਸ਼ਰਨ ਮਤਲਬ ਚੰਗੇ ਗੁਣਾਂ ਦੀ ਸ਼ਰਨ, ਚੰਗੇ ਖਿਆਲਾਂ ਦੀ ਸ਼ਰਨ,
ਜਿਹੜੇ ਗੁਰਬਾਣੀ ਨੇ ਖਿਆਲ ਪ੍ਰਗਟ ਕੀਤੇ ਆ, ਦੱਸੇ ਆ, ਲੁਕੋਏ ਨਹੀਂ। ਜਿੰਨੇ ਵੀ 35 ਮਹਾਪੁਰਸ਼ਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਉਹ ਸਾਰਿਆਂ ਨੇ ਚੰਗੇ ਗੁਣਾਂ ਨੂੰ ਪ੍ਰਗਟ ਕੀਤਾ, ਦੱਸਿਆ ਵੀ ਆਹ ਗੁਣ ਆਹ ਗੁਣ ਹੈ, ਲੁਕੋਇਆ ਥੋੜੀ ਕੋਈ ਗੁਣ ਉਹਨਾਂ ਨੇ, ਕੋਈ ਵੀ ਗੁਣ ਨੂੰ ਲੁਕੋਇਆ ਨਹੀਂ ਮਹਾਪੁਰਖਾਂ ਨੇ, ਤਾਂ ਉਜਾਗਰ ਕੀਤਾ। ਕਹਿੰਦੇ ਰੱਬ ਨੂੰ ਪ੍ਰਗਟ ਕੀਤਾ, ਰੱਬ ਨੂੰ ਨਹੀਂ ਪ੍ਰਗਟ ਕੀਤਾ ਤੇ ਗੁਣਾਂ ਨੂੰ ਪ੍ਰਗਟ ਕੀਤਾ। ਜਦੋਂ ਗੁਣ ਤੁਹਾਡੇ ਕੋਲ ਆ ਗਏ, ਰੱਬ ਤੁਹਾਡੇ ਵਿੱਚੋਂ ਆਪੇ ਪ੍ਰਗਟ ਹੋਇਆ। ਰੱਬ ਵੀਰ ਦਾ ਅਰਥ ਹੈ ਚੰਗੇ ਗੁਣ। ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ, ਸੰਤ ਕੀ ਨਿੰਦਾ, ਮਤ ਉਸੇ ਉਹ ਸੰਤ ਨੂੰ ਉਹਨੂੰ ਛੱਡ ਦਿਓ ਵਿੱਚੋਂ ਜਿਹੜਾ ਕੋਈ ਚੋਲੇ ਚਾਲੇ ਵਾਲਾ ਹੈ। ਸੰਤ ਕੀ ਨਿੰਦਾ ਮਤਲਬ ਚੰਗੇ ਗੁਣਾਂ ਦੀ ਨਿੰਦਾ। ਨਾਨਕਾ ਬਹੁਤ ਬਹੁਤ ਅਵਤਾਰ, ਤੂੰ ਚੰਗੇ ਗੁਣਾਂ ਨੂੰ ਨਹੀਂ ਅਪਣਾਏਗਾ ਤਾਂ ਤੇਰਾ ਜਿਹੜਾ ਬਹੁਤ ਬਹੁਤ ਅਵਤਾਰ ਦਾ ਮਤਲਬ ਵਾਰ ਵਾਰ ਜਨਮ ਦੇ ਗੇੜੇ ਵਿੱਚ ਆਏਗਾ। ਚੰਗੇ ਗੁਣਾਂ ਨੂੰ ਤੂੰ ਨਹੀਂ ਅਪਣਾ ਰਿਹਾ ਤਾਂ ਮਰ ਰਿਹਾ, ਵਾਰ ਵਾਰ ਮਰ ਰਿਹਾ। ਹੁਣ ਆਪਣਾ ਜਦੋਂ ਕਿਸੇ ਚੰਗੀ ਚੀਜ਼ ਤੇ ਮਨ ਆ ਜਾਂਦਾ ਲਾਲਚ ਦੇ ਵਿੱਚ ਵਸ ਹੋ ਕੇ, ਤਾਂ ਇਹਦਾ ਮਤਲਬ ਅਸੀਂ ਉਸ ਵੇਲੇ ਮਰ ਗਏ, ਲਾਲਚ ਵਸ ਆ ਗਏ, ਮਰ ਗਏ। ਹੁਣ ਸਰੀਰ ਕਰਕੇ ਨਹੀਂ ਮਰ ਰਹੇ, ਆਪਣੇ ਵਿਚਾਰ ਆਪਣੀ ਥੋਟ ਕਰਕੇ ਮਰ ਰਹੇ ਹਾਂ ਵੀ ਮੈਂ ਤਾਂ ਸੱਚ ਤੇ ਚੱਲਣਾ ਸੀ, ਮਿਹਨਤ ਦੀ ਖਾਣੀ ਸੀਗੀ। ਬਾਬਾ ਨਾਨਕ ਤਾਂ ਮਿਹਨਤ ਕਰਨਾ ਦੱਸ ਰਿਹਾ ਸਾਨੂੰ ਵੀ ਤੂੰ ਮਿਹਨਤ ਕਰ, ਘਾਲ ਖਾਏ ਕਿਸੇ ਹੱਥੋਂ ਦੇ, ਉਹ ਤਾਂ ਮਿਹਨਤ ਕਰਨੇ ਨੂੰ ਕਹਿ ਰਿਹਾ ਤੇ ਆਪਾਂ ਮਿਹਨਤ ਕਰਨੇ ਤੋਂ ਡਰ ਗਏ, ਹਟ ਗਏ ਪਿੱਛੇ, ਤੇ ਉਹ ਗੇੜ ਦੇ ਵਿੱਚ ਅਸੀਂ ਆ ਗਏ ਤਾਂ ਉਸ ਵੇਲੇ ਸਾਡਾ ਮਰਨ ਹੋ ਗਿਆ। ਜਿਉਂ ਹੀ ਅਸੀਂ ਮਾੜੇ ਵਿਚਾਰ ਨੂੰ ਆਪਣੇ ਅੰਦਰ ਲਿਆਤਾ, ਉਸੇ ਵੇਲੇ ਸਾਡਾ ਜੀਵਨ ਮਰ ਗਿਆ। ਆਖਾਂ ਜੀਵਨ ਵਿਸਰੇ ਮਰ ਜਾਓ, ਇਹ ਨਹੀਂ ਹੈਗਾ ਉੱਥੇ ਵੀ ਆਖਾਂ ਮਤਲਬ ਜੇ ਮੈਂ ਵਾਹਿਗੁਰੂ ਵਾਹਿਗੁਰੂ ਆਖਦਾ ਤਾਂ ਮੈਂ ਜੀਣਾ। ਵਾਹਿਗੁਰੂ ਅਰਥ ਦਾ ਸ਼ਬਦ ਵੀ ਇਹੀ ਸੀਗਾ, ਉਹ ਤਾਂ ਵਾਹਿਗੁਰੂ ਉਦੋਂ ਹੋਣਾ ਜਿਸ ਵੇਲੇ ਆਪਾਂ ਕੋਈ ਕਰਮ ਕਰਦੇ ਹਾਂ। ਮਹਾਂਪੁਰਖਾਂ ਦੇ ਦੱਸੇ ਅਨੁਸਾਰ, ਗੁਰੂਆਂ ਦੇ ਦੱਸੇ ਅਨੁਸਾਰ ਜਦੋਂ ਆਪਾਂ ਜ਼ਿੰਦਗੀ ਬਤੀਤ ਕਰਦੇ ਹਾਂ, ਜ਼ਿੰਦਗੀ ਬਤੀਤ ਕਰਦੇ ਹਾਂ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਪਰਿਵਰਤਨ ਆਉਂਦਾ, ਆਪਾਂ ਬੁਰੇ ਤੋਂ ਅੱਛੇ ਬਣ ਜਾਂਦੇ ਹਾਂ। ਜਦੋਂ ਅੱਛੇ ਬਣ ਗਏ ਤਾਂ ਪਤਾ ਲੱਗਦਾ ਵਾਹਿਗੁਰੂ ਤੂੰ ਮੈਂ ਕੀ ਸੀ, ਤੂੰ ਮੈਨੂੰ ਕੀ ਬਣਾ ਦਿੱਤਾ। ਉਸ ਚੰਗੇ ਗੁਣ ਨੇ, ਉਸ ਚੰਗੇ ਵਿਚਾਰ ਨੇ, ਮੈਂ ਪਹਿਲਾਂ ਠੱਗੀ ਕਰਦਾ ਸੀ, ਚੋਰੀ ਕਰਦਾ ਸੀ, ਮਾੜੇ ਕਰਮ ਕਰਦਾ ਸੀ, ਪਰ ਤੇਰੀ ਵਿਚਾਰਧਾਰਾ ਦੇ ਜਿਸ ਵੇਲੇ ਮੇਰੇ ਚ ਤਬਦੀਲੀ ਲਿਆਂਦੀ, ਮੈਂ ਚੰਗੇ ਗੁਣਾਂ ਦੇ ਨਾਲ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ, ਹੁਣ ਮੇਰੇ ਅੰਦਰ ਤਬਦੀਲੀ ਹੋ ਕੇ ਬਦਲ ਗਈ, ਨਾਨਕ ਭਗਤਾਂ ਸਦਾ ਵਿਕਾਸ, ਮੇਰੇ ਅੰਦਰ ਵਿਕਾਸ ਖੇੜਾ ਆ ਗਿਆ, ਖੁਸ਼ੀ ਆ ਗਈ। ਅੱਗੇ ਮੈਂ ਹਰ ਵੇਲੇ ਮੁਰਝਾਇਆ ਰਹਿੰਦਾ ਸੀ, ਹੁਣ ਮੇਰੇ ਅੰਦਰ ਖੁਸ਼ੀ ਆ ਗਈ, ਵਾਹਿਗੁਰੂ ਤੂੰ ਮੈਨੂੰ ਕੀ ਕਰ ਦਿੱਤਾ, ਇਹ ਗੁਰੂ ਤੇਰੇ ਬਲਿਹਾਰੇ, ਤੂੰ ਮੇਰੇ ਅੰਦਰ ਤਬਦੀਲੀ ਲਿਆ ਦਿੱਤੀ, ਵਾਹਿਗੁਰੂ ਵਾਹਿਗੁਰੂ ਵਾਹ। ਇਹ ਨਹੀਂ ਹੈਗਾ ਵੀ ਉੱਥੇ ਆਖਾਂ ਜੀਵਾ ਵਿਸਰੇ ਮਰ ਜਾਓ, ਮਤ ਸਮਝੀਏ ਉੱਥੇ ਵੀ ਵਾਹਿਗੁਰੂ ਆਖਾਂਗੇ ਤਾਂ ਜੀਂਦੇ ਆ, ਵਿਸਰ ਗਏ ਜਾਣੀ ਕਿ ਵਾਹਿਗੁਰੂ ਭੁੱਲ ਕੇ ਤਾਂ ਮਰ ਗਏ। ਚੰਗੇ ਗੁਣ ਚੰਗੇ ਗੁਣਾਂ ਦੀ ਗੱਲ ਚੱਲ ਰਹੀ ਹੈ, ਗੁਰਬਾਣੀ ਮੁਤਾਬਕ ਚੰਗੇ ਵਿਚਾਰ ਚੰਗੇ ਗੁਣ ਇਨਸਾਨ ਨੂੰ ਤਬਦੀਲ ਕਰਦੇ ਨੇ, ਮਾੜੇ ਨੂੰ ਚੰਗਾ ਬਣਾ ਦਿੰਦੇ ਨੇ, ਮੈਲੇ ਨੂੰ ਨਿਖਾਰ ਦਿੰਦੇ ਨੇ, ਉਜਲ ਕਰ ਦਿੰਦੇ ਨੇ। ਹਮ ਮੈਲੇ ਤੁਮ ਉਜਲ ਕਰ, ਹਮ ਪਾਪੀਆਂ ਨੂੰ ਤੂੰ ਤਾਰ ਦਿੰਦਾ। ਕੌਣ ਤਾਰ ਦਿੰਦਾ? ਸੱਚਮੁੱਚ ਸਮਝਿਓ ਕੋਈ ਸਮਾਨ ਤੇ ਕੋਈ ਨੀਲੀ ਛਤਰੀ ਵਾਲਾ ਜਾਂ ਉੱਪਰ ਵਾਲਾ ਜਿਹਨੂੰ ਆਪਾਂ ਕਹੀ ਜਾਂਦੇ ਹਾਂ ਵੀ ਉਹ ਆਊਗਾ, ਸ਼ਾਇਦ ਉਹ ਤਾਰੂਗਾ। ਉੱਪਰ ਉੱਪਰੋਂ ਕੋਈ ਨਹੀਂ ਹੈਗਾ, ਕੋਈ ਰੱਬ ਨਹੀਂ ਹੈਗਾ। ਰੱਬ ਆਪਾਂ ਸਮਝਿਆ, ਰੱਬ ਕੀ ਆ? ਚੰਗੇ ਗੁਣ, ਚੰਗੀ ਵਿਚਾਰ, ਚੰਗੀ ਥੋਟ ਸਾਡੇ ਅੰਦਰ, ਚੰਗੇ ਗੁਣਾਂ ਨੂੰ ਆਪਾਂ ਅਪਣਾ ਕੇ ਆਪਣੀ ਜ਼ਿੰਦਗੀ ਦੇ ਵਿੱਚ ਵਧੀਆ ਬਿਹਤਰ ਬਣ ਸਕਦੇ ਹਾਂ, ਵਧੀਆ ਜ਼ਿੰਦਗੀ ਬਤੀਤ ਕਰ ਸਕਦੇ ਹਾਂ। ਜੇ ਇਹੋ ਜਿਹੇ ਸੰਤਾਂ ਦੀ ਗੱਲ ਹੋਵੇ ਤਾਂ ਮਹਾਂਪੁਰਖਾਂ ਨੇ ਉੱਥੇ ਗੁਆਬੇ ਨਾਨਕ ਦਾ ਇੱਕ ਬਚਨ ਸਲੋਕ ਹੈ, ਕਹਿੰਦੇ ਨੇ ਮਖੱਟੂ ਹੋਏ ਕੇ ਕੰਨ ਪੜਾ, ਫਕਰ ਕਰੇ ਹੋ ਜਾਤ ਗੁਆ। ਘਰ ਦੇ ਕੰਮਾਂ ਕਾਰਾਂ ਤੋਂ ਡਰਦਾ, ਕਹਿੰਦੇ ਕੀ ਹੋ ਗਿਆ, ਕੰਨ ਪੜਵਾ ਲਿਆ ਇਹਨੇ, ਜੋਗੀ ਬਣ ਗਿਆ। ਕਿਉਂਕਿ ਬਾਬੇ ਨਾਨਕ ਦੀ ਤਾਂ ਵਿਚਾਰਧਾਰਾ, ਉਹਨਾਂ ਨੇ ਤਾਂ ਝੂਠ ਨੂੰ ਝੂਠ ਕਿਹਾ, ਸੱਚ ਨੂੰ ਸੱਚ ਕਿਹਾ। ਇਹੀ ਧਰਮ
ਹੁਣ ਇਨਸਾਨ ਆਪਾਂ ਕਹਿੰਦੇ ਸਾਡਾ ਧਰਮ ਕੀ ਹੈ, ਧਰਮ ਕੀ ਹੈ, ਬੋਲੀਏ ਸੱਚ ਧਰਮ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮਰੀਦਾਂ ਜੋਲੀਏ, ਬਾਣੀ ਕਹਿ ਰਹੀ ਹੈ ਨਾ ਇਹ ਸ਼ਬਦ, ਬੋਲੀਏ ਸੱਚ ਧਰਮ, ਜੇ ਤੁਸੀਂ ਸੱਚ ਬੋਲ ਰਹੇ ਹੋ ਤਾਂ ਇਹ ਧਰਮ ਹੈ, ਝੂਠ ਨਾ ਬੋਲੀਏ, ਝੂਠ ਨਹੀਂ ਬੋਲਣਾ, ਜੋ ਗੁਰ ਦੱਸੇ ਵਾਟ, ਜੋ ਬਾਣੀ ਆਪਾਂ ਨੂੰ ਵਾਟ ਦੱਸ ਰਹੀ ਹੈ, ਰਸਤਾ ਸਮਝਾ ਰਹੀ ਹੈ, ਮੁਰੀਦਾਂ ਸੇਵਕਾਂ ਦਾ, ਮੁਰੀਦ ਕਹਿੰਦੇ ਚੇਲੇ ਨੂੰ ਸੇਵਕ ਨੂੰ, ਮੁਰੀਦਾਂ ਜੋੜੀ, ਮੁਰੀਦ ਦਾ ਫਰਕ ਬਣਦਾ ਕਿ ਉਸ ਰਸਤੇ ਤੇ ਚੱਲੇ ਜੋ ਬਾਣੀ ਰਸਤਾ ਦੱਸ ਰਹੀ ਹੈ। ਬੋਲੀਏ ਸੱਚ, ਜਦੋਂ ਆਪਾਂ ਸੱਚ ਬੋਲਾਂਗੇ ਤਾਂ ਸਾਡੀ ਜ਼ਿੰਦਗੀ ਚ ਬਥੇਰੇ ਮਤ ਆਣਾ ਹੀ ਆਣਾ, ਤੇ ਜਿਹੜੇ ਝੂਠ ਹੋਣੇ ਸੰਸਾਰ ਦੇ ਵਿੱਚ ਉਹਨਾਂ ਨੇ ਤਾਂ ਭਾਈ ਥੋੜੀ ਲਾਗ ਡਾਟ ਹੋਏ ਜਾਣੀ, ਉਹਨਾਂ ਦਾ ਮਨ ਮਾਰਨ ਮੁਟਾਵ ਹੋਏ ਜਾਣਾ ਥੋੜਾ ਬਹੁਤ, ਪਰ ਕਿੰਨਾ ਚਿਰ ਸੱਚ ਤਾਂ ਸੱਚੇ ਹੀ ਹੈ ਨਾ, ਸੱਚ ਤਾਂ ਸੱਚੇ ਰਹਿਣਾ, ਆਦਮੀ ਜੁਗਾ ਆਦ ਸੱਚ, ਜੁਗਾ ਸੱਚ ਹੈ ਵੀ ਸੱਚ, ਵਰਤਮਾਨ ਵਿੱਚ ਵੀ ਚੱਲ ਰਿਹਾ, ਹਰ ਸਮੇਂ ਦੇ ਵਿੱਚ ਵੀ ਸੱਚ ਹੈ, ਨਾਨਕ ਹੋਸੀ ਵੀ ਸੱਚ ਹੈ, ਪ੍ਰਾਣੀ ਤੂੰ ਵੀ ਸੱਚਾ ਹੋ ਸਕਦਾ ਹੈ, ਜਿਸ ਵੀ ਸਮੇਂ ਦੇ ਵਿੱਚ ਤੂੰ ਜਨਮ ਲਿਆ, ਤੂੰ ਜਿਸ ਵੀ ਸਮੇਂ ਦੇ ਵਿੱਚ ਹੈ, ਉਹਦੇ ਵਿੱਚ ਵੀ ਸੱਚਾ ਹੋ ਸਕਦਾ, ਐਸਾ ਬਾਣੀ ਆਪਾਂ ਨੂੰ ਸਮਝਾਉਣਾ ਕਰਦੀ ਹੈ। ਆਪਾਂ ਬਾਣੀ ਤੋਂ ਸੇਧ ਲੈ ਕੇ ਆਪਣੀ ਜ਼ਿੰਦਗੀ ਚ ਤਬਦੀਲੀ ਲਿਆਉਣੀ ਆ, ਪਰਿਵਰਤਨ ਲਿਆਉਣਾ, ਚੰਗੇ ਬਣਨਾ ਦੁਨੀਆਂ ਦੇ ਵਿੱਚ, ਇੱਕੋ ਇੱਕ ਮੰਤਵ ਗੁਰਬਾਣੀ ਦਾ, ਬੁਰੇ ਨੂੰ ਭਲਾ ਬਣਾਉਂਦੀ ਹੈ, ਮਾੜੇ ਨੂੰ ਚੰਗਾ ਬਣਾਉਂਦੀ ਹੈ, ਇਹ ਬਾਣੀ ਦਾ ਉਦੇਸ਼, ਜੋ ਵੀ ਬਾਣੀ ਦਾ ਉਦੇਸ਼ ਹੈ ਉਹ ਆਪਾਂ ਨੂੰ ਆਪਣੇ ਹਿਰਦੇ ਦੇ ਵਿੱਚ ਲਾਗੂ ਕਰਨਾ ਚਾਹੀਦਾ। ਮਨ ਦੀਆਂ ਉਡਾਨਾਂ ਨੂੰ ਰੋਕਦੇ ਹੋਏ, ਮਨ ਦੇ ਖਿਆਲ ਬਹੁਤ ਨੇ, ਮਨ ਤਾਂ ਇਨਸਾਨ ਨੂੰ ਬਹੁਤ ਭਟਕਾਉਂਦਾ ਹੈ, ਕਿਉਂਕਿ ਮਨ ਦੀ ਕੋਈ ਸੀਮਾ ਨਹੀਂ ਹੈ, ਤੇ ਮਨ ਜਿੰਨਾ ਜਿੰਨਾ ਆਪਾਂ ਨੂੰ ਭਟਕਾਈ ਜਾਵੇਗਾ ਆਪਾਂ ਭਟਕ ਹੀ ਜਾਵਾਂਗੇ। ਮਨ ਭਟਕਦਾ ਕਿਵੇਂ, ਮਨ ਜਾਂਦਾ ਕਾਹਦੇ ਤੇ ਹੈ, ਵਿਚਾਰ ਖਿਆਲਾਂ, ਹੋਰ ਮਨ ਉੱਧਰ ਨਹੀਂ ਜਾਂਦਾ, ਆਪਣਾ ਮਨ ਆਪਾਂ ਕਹਿੰਦੇ ਸੀ ਸਾਡਾ ਮਨ ਕਿਤੇ ਉੱਧਰ ਚਲ ਗਿਆ ਸੀ, ਮਨ ਉੱਧਰ ਕਿਤੇ ਮਤਲਬ ਵਿਚਾਰ ਗਿਆ ਸੀ, ਵਿਚਾਰ ਕਰਕੇ ਮਨ ਚੱਲਦਾ ਨਾ, ਨਹੀਂ ਤਾਂ ਬੈਠੇ ਹਾਂ ਅਸੀਂ ਇੱਥੇ ਹਾਂ, ਮਨ ਜੀ ਮੇਰਾ ਉੱਥੇ ਚਲ ਗਿਆ, ਇਹਦਾ ਮਤਲਬ ਸਾਡਾ ਖਿਆਲ ਸਾਡਾ ਵਿਚਾਰ ਗਿਆ, ਮਨ ਉੱਦਾਂ ਨਹੀਂ ਜਾਂਦਾ ਕਿਸੇ ਸਵਾਰੀ ਤੇ, ਮਨ ਸਾਡੇ ਖਿਆਲ ਦੇ ਨਾਲ ਚੱਲ ਰਿਹਾ, ਖਿਆਲ ਨੂੰ ਹੀ ਮਨ ਕਹਿੰਦੇ, ਮਨ ਕੀ ਜਹਾਂ ਜਹਾਂ ਲੱਗ ਰੱਖ ਤਹਾਂ ਤਹਾਂ ਸਤਨਾਮ ਕੀ ਰੱਖ, ਜਿੱਥੇ ਜਿੱਥੇ ਨੂੰ ਵੀ ਜਾ ਰਿਹਾ, ਜੇ ਹੁਣ ਸੱਚੇ ਤੇ ਚੱਲ ਰਹੇ ਹਾਂ ਤਾਂ ਰੱਖਿਆ ਹੋਏਗੀ, ਜੇ ਹੁਣ ਆਪਾਂ ਵੀ ਝੂਠ ਤੇ ਮਨ ਨੂੰ ਲੈ ਕੇ ਨੱਠ ਲਏ ਤਾਂ ਨਹੀਂ ਉਹਨੇ ਰੱਖਿਆ ਕਰਨੀ, ਬੁਰੇ ਦੀ ਚੋਰ ਕੀ।